ਇਤਿਹਾਸ ਜਿਹੜਾ ਅਸੀਂ ਆਪ ਜੀ ਦੇ ਨਾਲ ਸਾਂਝ ਪਾਉਣੀ, ਭਾਈ ਜੀਵਨ ਸਿੰਘ ਦਾ ਇਤਿਹਾਸ ਤੁਸੀਂ ਸੁਣਦੇ ਹੋ, ਸਾਡੇ ਤੋਂ ਬਾਅਦ ਜਥੇ ਤੋਂ ਸਰਵਣ ਵੀ ਕਰਨਾ। ਔਰ ਜਿਹੜੀ ਲੜੀ ਅਸੀਂ ਆਰੰਭ ਕਰਨ ਲੱਗੇ ਹਾਂ ਤੁਸੀਂ ਬਹੁਤ ਵਾਰੀ ਸੁਣੀ ਵੀ ਹੋਵੇਗੀ, ਕਿਉਂਕਿ ਇਤਿਹਾਸ ਕਦੀ ਪੁਰਾਣਾ ਜਾਂ ਬੇਹਾ ਨਹੀਂ ਹੁੰਦਾ, ਇਤਿਹਾਸ ਤਾਜ਼ਾ ਰਹਿੰਦਾ। ਇਹ ਗੱਲ ਵੱਖਰੀ ਹੈ ਵੀ ਜਿਹੜਾ ਕੋਈ ਬੁਲਾਰਾ ਸਟੇਜ 'ਤੇ ਆਉਂਦਾ ਉਹਦਾ ਤਰੀਕਾ ਉਹਦਾ ਢੰਗ ਵੱਖੋ ਵੱਖਰਾ ਹੁੰਦਾ। ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਔਰ ਬੜਾ ਕੁਝ ਸਿੱਖਣ ਨੂੰ ਮਿਲਦਾ। ਇਤਿਹਾਸ ਪੜ੍ਹਦੇ ਆ ਬੜੇ ਲੋਕ ਜਿਹੜੇ ਅਮੀਰ ਘਰਾਂ 'ਚ ਪੈਦਾ ਹੋਈ, ਅਮੀਰ ਘਰਾਣਿਆਂ 'ਚ, ਅਮੀਰ ਮਹਿਲਾਂ 'ਚ ਪੈਦਾ ਹੋ ਕੇ ਚੰਗੀ ਸਿੱਖਿਆ ਹਾਸਲ ਕਰਕੇ ਸਮਾਜ 'ਤੇ ਨਾਮ ਰੌਸ਼ਨ ਕਰ ਗਏ। ਪਰ ਕਈ ਲੋਕ ਜਿਹੜੇ ਆਮ ਪਰਿਵਾਰਾਂ 'ਚ ਪੈਦਾ ਹੋਈ, ਕੁੱਲੀਆਂ 'ਚ ਪਹਿਲਾਂ ਪੈਦਾ ਹੋਏ ਨਾ ਕਿ ਮਹਿਲਾਂ 'ਚ, ਉਹ ਕੁੱਲੀਆਂ 'ਚ ਪੈਦਾ ਹੋ ਕੇ ਦੁਨੀਆ 'ਤੇ ਆਪਣਾ ਨਾਮ ਰੌਸ਼ਨ ਕਰ ਗਿਆ, ਰੋਸ਼ਨ ਆ ਗਿਆ, ਜਿਨ੍ਹਾਂ ਵਿੱਚੋਂ ਨੈਪੋਲੀਅਨ ਬੋਨਾਪਾਰਟ ਦਾ ਜ਼ਿਕਰ ਆਉਂਦਾ, ਸ਼ਿਵਾ ਜੀ ਮਰਖੱਟੇ ਦਾ ਜ਼ਿਕਰ ਆਉਂਦਾ ਹੈ, ਔਰ ਸਿੱਖ ਕੌਮ ਜਿਸ ਜਰਨੈਲ ਨੂੰ ਨਮਸਕਾਰ ਕਰਦੀ ਹੈ, ਸਰਦਾਰ ਹਰੀ ਸਿੰਘ ਨਲੂਆ ਵੀ ਆਮ ਪਰਿਵਾਰ 'ਚੋਂ ਪੈਦਾ ਹੋਇਆ। ਸਰਦਾਰ ਹਰੀ ਸਿੰਘ ਨਲੂਆ ਨੇ ਅਣਗਿਣਤ ਸੂਰਮੇ ਸਾਡੇ ਬੜੇ ਸੂਰਮਿਆਂ ਦਾ ਜ਼ਿਕਰ ਆਉਂਦਾ, ਮੈਂ ਜ਼ਿਕਰ ਅੱਜ ਹਰੀ ਸਿੰਘ ਨਲੂਏ ਦਾ ਕਰ ਜਾਵਾਂ। ਗੁਰਦਿਆਲ ਸਿੰਘ ਕੁੰਮੇਦਾਨ ਦਾ ਪੁੱਤ ਹੈ, ਹਰਦਾਸ ਦਾ ਪੁੱਤ ਹੈ। ਜਦੋਂ ਹਰੀ ਸਿੰਘ ਦਾ ਜਨਮ ਹੋਇਆ ਤੇ ਮਾਂ ਬਾਪ ਨੇ ਬੜੀ, ਗੁਰਦਿਆਲ ਸਿੰਘ ਕੁੰਮੇਦਾਨ ਦਾ ਪੁੱਤਰ ਹੈ, ਛੋਟੀ ਜਿਹੀ ਉਮਰ ਤੇ ਪਿਤਾ ਦੀ ਮੌਤ ਹੋ ਗਈ। ਮਾਂ ਆਪਣੇ ਪੇਕੇ ਪਰਿਵਾਰ ਚਲੇ ਗਈ ਅਤੇ ਹਰੀ ਸਿੰਘ ਨਾਨਕਿਆਂ ਦੀ ਦੇਖ ਰੇਖ ਹੇਠ ਪਲਿਆ। ਨਾਮ ਨੋਟ ਕਰ ਲਿਓ, ਬਾਅਦ 'ਚ ਜ਼ਿਕਰ ਕਰ ਦੇਵਾਂਗਾ। ਨਾਨਕੇ ਪਰਿਵਾਰ 'ਚ ਰਹਿ ਕੇ ਪਲਿਆ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੈ, ਜਿਹਨੂੰ ਸਾਂਝੀ ਵਾਲਤਾ ਦਾ ਰਾਜ ਆਖਿਆ ਜਾਂਦਾ। ਸ਼ੇਰੇ ਪੰਜਾਬ ਨੇ ਹਿੰਦੂਆਂ ਨੂੰ ਵੀ ਮਾਣ ਦਿੱਤਾ, ਮੁਸਲਮਾਨਾਂ ਨੂੰ ਵੀ ਮਾਣ ਦਿੱਤਾ, ਈਸਾਈ ਵਿਦੇਸ਼ੀ ਸਨ ਉਹਨਾਂ ਨੂੰ ਵੀ ਮਾਣ ਦਿੱਤਾ, ਸਿੱਖਾਂ ਦਾ ਤੇ ਉਹ ਆਪਣਾ ਰਾਜ ਸੀ। ਸ਼ੇਰੇ ਪੰਜਾਬ ਸਾਲ ਦੇ ਵਿੱਚ ਦੋ ਮੁੱਖ ਸਮਾਗਮ ਨੌਜਵਾਨਾਂ ਵਾਸਤੇ ਕਰਵਾਇਆ ਕਰਦੇ ਸੀ, ਜਿਨ੍ਹਾਂ ਵਿੱਚੋਂ ਦੁਸਹਿਰੇ ਔਰ ਬਸੰਤ ਪੰਚਮੀ ਦਾ ਦੀਵਾਨ। ਬਸੰਤ ਪੰਚਮੀ ਦਾ ਦੀਵਾਨ ਆਇਆ ਤੇ ਬੜੇ ਨੌਜਵਾਨ ਕਰਤੱਵ ਦਿਖਾਉਣ ਵਾਸਤੇ ਆਏ ਨੇ, ਉਹਨਾਂ ਦੇ ਵਿੱਚ ਸਰਦਾਰ ਹਰੀ ਸਿੰਘ ਵੀ ਪਹੁੰਚੇ। ਇਹਨੇ ਐਸੇ ਕਰਤੱਵ ਦਿਖਾਏ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਦਿਲ ਜਿੱਤ ਲਿਆ। ਮਹਾਰਾਜਾ ਸਾਹਿਬ ਨੇ ਆਪਣੇ ਗਲ ਦੇ ਵਿੱਚ ਸੋਨੇ ਦਾ ਕੈਂਠਾ ਲਾ ਕੇ ਹਰੀ ਸਿੰਘ ਦੇ ਗਲ ਵਿੱਚ ਪਾ ਦਿੱਤਾ ਹੈ, ਕਿਹਾ ਵੀ ਨੌਜਵਾਨਾਂ ਨਿਹਾਲ ਕੀਤਾ, ਮੈਂ ਤੇਰੇ ਤੋਂ ਖੁਸ਼ ਹੋਇਆ। ਸ਼ੇਰੇ ਪੰਜਾਬ ਨੌਜਵਾਨ ਜਿਹੜੇ ਵਧੀਆ ਕਰਤੱਵ ਦਿਖਾਉਂਦੇ ਉਹਨਾਂ ਨੂੰ ਫੌਜ 'ਚ ਭਰਤੀ ਕਰ ਲੈਂਦੇ। ਹਰੀ ਸਿੰਘ ਨੂੰ ਵੀ ਅੱਜ ਫੌਜ 'ਚ ਭਰਤੀ ਕਰ ਲਿਆ ਗਿਆ, ਹਜ਼ੂਰੀ ਖਿਦਮਤਗਾਰਾਂ ਦੀ ਲਿਸਟ ਅੰਦਰ ਸ਼ਾਮਲ ਕਰ ਲਿਆ ਗਿਆ। ਹਜ਼ੂਰੀ ਖਿਦਮਤਗਾਰ ਕਿਹੜੇ ਹੁੰਦੇ ਨੇ? ਜਿਨ੍ਹਾਂ ਨੂੰ ਸਿਪਾ ਸਲਾਰ ਵੀ ਆਖਿਆ ਜਾਂਦਾ ਹੈ। ਅੱਜ ਦੇ ਸਮੇਂ ਅੰਦਰ ਆਪਾਂ ਬੋਡੀ ਗਾਰਡ ਕਹਿ ਦਈਏ, ਅੰਗ ਰੱਖਿਅਕ ਕਹਿ ਦਈਏ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿੱਧਰ ਜਾਇਆ ਕਰਦੇ ਸਨ ਤੇ ਹਰੀ ਸਿੰਘ ਸ਼ੇਰੇ ਪੰਜਾਬ ਦੇ ਨਾਲ ਜਾਇਆ ਕਰਦਾ ਸੀ। ਕਈ ਵਾਰੀ ਸ਼ੇਰੇ ਪੰਜਾਬ ਦਾ ਇਤਿਹਾਸ ਪੜ੍ਹਦੇ ਹੈ, ਖਾਲਸੇ ਦੇ ਰਾਜ ਦਾ ਇਤਿਹਾਸ ਪੜ੍ਹਦੇ ਹਾਂ ਤੇ ਮਨ ਨੂੰ ਸਕੂਨ ਮਿਲਦਾ ਹੈ। ਸਾਂਝੀ ਵਾਲਤਾ ਦਾ ਰਾਜ, ਸ਼ੇਰੇ ਪੰਜਾਬ ਸਭ ਦਾ ਆਦਮ ਕਰਿਆ ਕਰਦੇ ਸਨ, ਪਰ ਜੇ ਅੱਜ ਸਰਕਾਰਾਂ ਦਾ ਹਾਲ ਦੇਖਦੇ ਹਾਂ ਤੇ ਕਹਿੰਦੇ ਹਾਂ ਬੇੜਾ ਹੀ ਗਰਕ ਗਿਆ। ਜੇ ਕੋਈ ਕੁਰਸੀ ਤੇ ਬਹਿੰਦਾ ਹੈ ਉਹਦੀ ਜ਼ਿੰਮੇਵਾਰੀ ਹੁੰਦੀ ਹੈ ਵੀ ਸਮਾਜ ਦੀ ਭਲਾਈ, ਨਾ ਕਿ ਜਾਤ ਪਾਤ ਧਰਮ ਨੂੰ ਦੇਖ ਕੇ, ਸਭ ਲਈ ਸਮਾਨ ਔਰ ਨੌਜਵਾਨਾਂ ਲਈ ਰੋਜ਼ਗਾਰ ਹੋਣ ਵੱਧ ਤੋਂ ਵੱਧ। ਜੇ ਅੱਜ ਕੋਈ ਗਰੀਬ ਬੰਦਾ ਚਾਹਵੇ ਵੀ ਮੈਂ ਆਪਣੇ ਬੱਚਿਆਂ ਨੂੰ ਵਧੀਆ ਸਕੂਲ 'ਚ ਪੜ੍ਹਾਵਾਂ,
ਤੇ ਉਹ ਪੜ੍ਹਾ ਨਹੀਂ ਸਕਦਾ ਜਿੰਨੀ ਕੁ ਉਹਦੀ ਆਮਦਨ ਹੈ। ਜੇ ਮੰਨ ਲਓ ਕੋਈ ਔਖਾ ਹੋ ਕੇ ਆਪਣੇ ਬੱਚੇ ਨੂੰ ਵਧੀਆ ਸਕੂਲ 'ਚ ਪੜ੍ਹਾਉਂਦਾ ਹੈ, ਫਿਰ ਲੱਖਾਂ ਰੁਪਈਏ ਪੜ੍ਹਾਈ ਦਾ ਖਰਚਾ ਆਉਂਦਾ ਹੈ, ਸਕੂਲਾਂ ਦਾ, ਕਾਲਜਾਂ ਦਾ, ਯੂਨੀਵਰਸਿਟੀਆਂ ਦਾ ਖਰਚਾ, ਲੱਖਾਂ ਰੁਪਈਏ ਪੜ੍ਹਾਈ 'ਤੇ ਲਾ ਦਿੱਤੇ। ਹੁਣ ਨੌਜਵਾਨ ਕਹਿੰਦੇ ਪੜ੍ਹਦੇ ਗਏ ਕੋਈ ਚੰਗੀ ਨੌਕਰੀ ਮਿਲ ਜਾਵੇ, 15-20 ਹਜ਼ਾਰ ਤੋਂ ਵੱਧ ਤਨਖਾਹ ਨਹੀਂ ਮਿਲਦੀ, ਫਿਰ 15-20 ਹਜ਼ਾਰ ਨਾਲ ਘਰ ਦਾ ਖਰਚਾ ਨਹੀਂ ਚੱਲਦਾ, ਮਹਿੰਗਾਈ ਇੰਨੀ ਹੋ ਗਈ, ਫਿਰ ਬੰਦਾ ਕਹਿੰਦਾ ਮੈਂ ਕਰਾਂ ਤੇ ਕਰਾਂ ਕੀ। ਕਈ ਵਾਰੀ ਇਹ ਬੇਰੁਜ਼ਗਾਰੀ ਇਹ ਲੜਾਈ ਦਾ ਪਰਿਵਾਰਾਂ ਦੇ ਕਾਰਨ ਬਣਦੀ ਹੈ, ਤੇ ਜੇ ਕਿਸੇ ਕੋਲ 2 ਸਿਆੜ 2 ਕਿੱਲੇ ਹੈਗੇ ਹੈ ਉਹ ਫਿਰ ਆਪਣੇ ਬਾਪੂ ਨੂੰ ਕਹਿੰਦਾ ਵੀ ਬਾਪੂ ਇਹਨੂੰ ਵੇਚ ਦੇ ਤੇ ਕਿਸੇ ਨਾ ਕਿਸੇ ਤਰੀਕੇ ਮੈਨੂੰ ਬਾਹਰ ਭੇਜ ਦੇ, ਮੈਂ ਪੈਸੇ ਕਮਾਵਾਂਗਾ ਫਿਰ ਦਿਨ ਚੰਗੇ ਆਉਣਗੇ। ਇਹ ਸਰਕਾਰਾਂ ਦਾ ਐਸਾ ਬੇੜਾ ਬੈਠਿਆ ਤੇ ਕਹਿੰਦੇ ਵੀ ਨੌਜਵਾਨਾਂ ਨੂੰ ਕਰਨਾ ਹੀ ਅਸੀਂ ਬਰਬਾਦ ਹੈ, ਸੰਗਤ ਮਾੜੀ ਦੇ ਦਿੱਤੀ ਜਾਵੇ। ਆਹ ਸੋਸ਼ਲ ਮੀਡੀਆ ਦਾ ਯੁੱਗ ਹੈ, ਬੜਾ ਕੁਝ ਸਾਨੂੰ ਦੇਖਣ ਨੂੰ ਮਿਲਦਾ ਹੈ, ਬਹੁਤ ਕੁਝ ਚੰਗਾ ਹੈ। ਜੇ ਅੱਜ ਦਸ਼ਮੇਸ਼ ਟੀਵੀ ਵਾਲੇ ਰਿਕਾਰਡਿੰਗ ਕਰ ਰਹੇ ਨਾ ਇੱਥੋਂ ਦੇ ਪ੍ਰੋਗਰਾਮ ਦੀ ਤੇ ਪ੍ਰੋਗਰਾਮ ਨੈੱਟ ਤੇ ਚੜ੍ਹਨਾ ਤੇ ਬਹੁਤ ਸਾਰੀਆਂ ਸੰਗਤਾਂ ਘਰੇ ਬੈਠੀਆਂ ਦੇਖ ਰਹੀਆਂ ਨੇ, ਇਹ ਚੰਗਾ ਉਪਰਾਲਾ ਕਰ ਰਹੇ ਨੇ ਕਿ ਜਥਿਆਂ ਦੀ ਰਿਕਾਰਡਿੰਗ ਕਰ ਰਹੇ ਨੇ, ਗੁਰ ਇਤਿਹਾਸ ਬਾਰੇ ਦੱਸ ਰਹੇ ਨੇ। ਪਰ ਜੇ ਕੋਈ ਸਿੰਗਰ ਲੱਗੇ ਤੇ ਉਹ ਰਿਕਾਰਡਿੰਗ ਕਰਨ, ਕਈ ਵਾਰੀ ਇਸ ਚੀਜ਼ ਦਾ ਫਾਇਦਾ ਵੀ ਔਰ ਕਈ ਵਾਰੀ ਨੁਕਸਾਨ ਵੀ ਹੈ। ਜਿਹੜਾ ਚੰਗਾ ਬੰਦਾ ਉਹਨਾਂ ਦਾ ਚੰਗੀ ਰਹਿ ਦੇਣੀ ਤੇ ਮਾੜੇ ਨੇ। ਅੱਜ ਮੈਂ ਦੇਖਦੀ ਕਈ ਵਾਰੀ ਦੁੱਖ ਹੁੰਦਾ ਵੀ ਇਹ ਮੀਡੀਆ ਰਾਹੀਂ ਕੀ ਕੁਝ ਦੇਖਣ ਨੂੰ ਕਈ ਵਾਰੀ ਸਾਨੂੰ ਮਿਲਦਾ। ਅੱਜ ਕਹਿੰਦੇ ਬਹੁਤ ਸਾਰੀਆਂ ਭੈਣਾਂ ਕਹਿੰਦੀਆਂ ਵੀ ਹੱਥੀ ਕੰਮ ਕਰੋ ਹੀ ਨਾ, ਕਈ ਦੇ ਖੇਤਾਂ 'ਚ ਖਪਦੀਆਂ ਨੇ ਦਿਨ ਰਾਤ ਘਰੇ ਖਪਦੀਆਂ। ਕਈ ਵੀਰ ਜਾਂ ਭੈਣਾਂ ਪਤਾ ਕੀ ਸੋਚਦੇ ਨੇ ਵੀ ਫੋਨ ਲਾਓ ਨੱਚੋ ਟੱਪੋ ਤੇ ਟੱਪ ਕੇ ਬਣਾਓ ਵੀਡੀਓ ਤੇ ਪਾ ਲਓ ਤੇ ਘਰੇ ਬੈਠਿਆਂ ਨੂੰ ਨੱਚਦਿਆਂ ਨੂੰ ਵੀ ਪੈਸੇ ਆ ਜਾਣੇ, ਟੱਪਦਿਆਂ ਨੂੰ ਪੈਸੇ ਆ ਜਾਣੇ। ਅਸੀਂ ਹੱਥੀਂ ਕੋਈ ਕੰਮ ਕਰਨਾ ਹੀ ਨਹੀਂ ਤੇ ਜੇ ਨੱਚ ਟੱਪ ਕੇ ਇਹ ਪੈਸੇ ਕਮਾਉਣੇ ਆ ਤੇ ਸਾਡੇ ਲਈ ਇਹ ਆਸਾਨ ਰਸਤਾ ਹੈ। ਮੈਂ ਕਹਿੰਦੀ ਇਹ ਵੀ ਗੱਲ ਬਹੁਤ ਗਲਤ ਹੈ। ਔਰ ਉਹਨਾਂ ਭੈਣਾਂ ਨੂੰ ਵੀ ਮੈਂ ਬੇਨਤੀ ਕਰਦਾ ਵਾਂ, ਕੁਝ ਮਾੜਾ ਸ਼ਬਦ ਤਾਂ ਮੈਂ ਨਾ ਹੀ ਬੋਲਾਂ ਵੀ ਸਾਡੇ ਵੱਡੇ ਵਡੇਰਿਆਂ ਦਾ ਇਤਿਹਾਸ ਕੀ ਹੈ। ਤੈਨੂੰ ਬੱਟਾ ਮੂਲ ਨਾ ਲੱਗੇ ਉਹ ਭੁੱਲੇ ਸ਼ਾਇਦ
ਭੂਮੀ ਸੋਪੁਰ ਉਹ ਕਿਸੇ ਨਾ ਤੇਰਾ ਹੋਏ ਆਪੋ ਆਪਣੀ ਬਾਟ ਮੁਕਾ ਕੇ ਸਭ ਨੂੰ ਮੁੜ ਨਾ ਪੈਣ ਹੋ ਬੁੱਲੇ ਸ਼ਰੰਗ ਫਿੱਕੇ ਹੋ ਗਏ ਤੇਰੇ ਵਾਜੋ ਸਾਰੇ ਹੋ ਤੂੰ ਤੂੰ ਕਰਕੇ ਜਿੱਤ ਗਏ ਸਾਰੇ ਤੇ ਮੈਂ ਕਰਕੇ ਹਾਰੇ। ਮੈਂ ਜ਼ਿਕਰ ਕਰ ਜਾਵਾਂ ਸਰਦਾਰ ਹਰੀ ਸਿੰਘ ਨਲੂਆ ਸ਼ੇਰੇ ਪੰਜਾਬ ਦੇ ਕੋਲ ਗਿਆ ਔਰ ਹਜ਼ੂਰੀ ਖਿਦਮਤਗਾਰਾਂ ਦੀ ਲਿਸਟ ਅੰਦਰ ਸ਼ਾਮਿਲ ਕਰ ਲਿਆ। ਇੱਕ ਦਿਨ ਸ਼ੇਰੇ ਪੰਜਾਬ ਜੰਗਲ 'ਚ ਗਿਆ ਤੇ ਸ਼ੇਰ ਨੇ ਮਾਰੀ ਝਪਟ, ਹਰੀ ਸਿੰਘ ਨੇ ਅੱਗੇ ਹੋ ਕੇ ਸ਼ੇਰ ਦੇ ਦੋ ਟੋਟੇ ਕਰ ਦਿੱਤੇ। ਵਾਹ ਬਈ ਜਵਾਨਾ ਰਾਜਾ ਨਲ ਹੋਇਆ ਕਰਦਾ ਸੀ, ਜਿਹੜਾ ਤਲਵਾਰ ਨਾਲ ਸ਼ੇਰ ਦਾ ਸ਼ਿਕਾਰ ਕਰਿਆ ਕਰਦਾ ਸੀ। ਅੱਜ ਤੋਂ ਹਰੀ ਸਿੰਘ ਦੇ ਨਾਮ ਦੇ ਨਾਲ ਨਲੂਆ ਸ਼ਬਦ ਜੁੜ ਗਿਆ। ਇਹਨੇ ਸੱਸੇ ਖੱਖੇ ਬੱਬੇ ਕਸ਼ਮੀਰ ਆਦਿ ਇਲਾਕੇ ਜਿੱਤੇ ਨੇ, ਕਬਜ਼ੇ ਕੀਤੇ ਨੇ ਉਹਨਾਂ ਤੇ, ਨਵੇਂ ਕਿਲਿਆਂ ਦੀ ਉਸਾਰੀ ਕਰਵਾਈ ਔਰ ਪੁਰਾਣਿਆਂ ਦੀ ਮੁਰੰਮਤ ਕਰਾਈ ਹੈ, ਮੁਰੰਮਤ ਕਰਾ ਕੇ ਨਵਿਆਂ ਦੇ ਵਾਂਗ ਬਣਾ ਦਿੱਤੇ ਨੇ। ਸ਼ੇਰੇ ਪੰਜਾਬ ਦੇ ਪੋਤਰੇ ਕਵਰ ਨਾਮ ਨਿਹਾਲ ਦਾ ਵਿਆਹ ਏ, ਬਹੁਤ ਸਾਰੀ ਭਾਰੀ ਫੌਜ ਅਟਾਰੀ ਪਹੁੰਚੀ ਹੈ। ਜਮਰਾਓ ਦੇ ਕਿਲੇ ਅੰਦਰ 1000 ਸਿੰਘਾਂ ਦੀ ਗਿਣਤੀ ਹੈ, ਉਧਰ ਪਿਸ਼ਾਵਰ ਦੇ ਕਿਲੇ 'ਚ ਸਰਦਾਰ ਹਰੀ ਸਿੰਘ ਨਲੂਆ ਬਿਮਾਰ ਪਿਆ, ਇੰਨਾ ਜ਼ਿਆਦਾ ਬਿਮਾਰ, ਦੋ ਚਾਰ ਸਿੰਘ ਫੜ ਕੇ ਠਾਲਦੇ ਨੇ। ਦੁਸ਼ਮਣ ਸਦਾ ਹੀ ਮੌਕੇ ਦੀ ਤਾੜ ਅੰਦਰ ਰਹਿੰਦਾ ਤੇ ਕਾਬਲ ਦੀ ਧਰਤੀ ਦੇ ਰਹਿਣ ਵਾਲਾ ਦੋਸਤ ਮੁਹੰਮਦ ਖਾਨ, ਇਹਨੇ ਸੋਚਿਆ ਵੀ ਸ਼ੇਰੇ ਪੰਜਾਬ ਦੇ ਪੋਤਰੇ ਦੇ ਵਿਆਹ 'ਚ ਰੁੱਝਿਆ, ਹਰੀ ਸਿੰਘ ਬਿਮਾਰ ਪਿਆ, ਉਹ ਹਿਲ ਜੁਲ ਨਹੀਂ ਸਕਦਾ ਤੇ ਜਮਰਾਓ ਦੇ ਕਿਲੇ 'ਤੇ 1000 ਸਿੰਘ ਹੈ, ਕਿਉਂ ਨਾ ਮੈਂ ਆਪਣੀ ਫੌਜ ਭੇਜਾਂ ਔਰ ਜਮਰਾਓ ਦੇ ਕਿਲੇ 'ਤੇ ਕਬਜ਼ਾ ਕਰ ਲਿਆ ਜਾਵੇ। ਕਹਿੰਦੇ ਦੁਸ਼ਮਣ ਬਾਤ ਕਰੇ ਅਣਹੋਈ, ਦੁਸ਼ਮਣ ਸਦਾ ਅਣਹੋਈ ਬਾਤ ਕਰਦਾ ਹੈ, ਇਹ ਪਤਾ ਨਹੀਂ ਕੋਈ ਵੀ ਤੁਹਾਡੇ ਖੁਸ਼ੀ ਦੇ ਕਾਰਜ 'ਚ ਕਦੋਂ ਆਣ ਕੇ ਦੁਸ਼ਮਣ ਨੇ ਵਿਘਨ ਪਾ ਦੇਣਾ। ਦੋਸਤ ਮੁਹੰਮਦ ਖਾਂ, ਇਹਨੇ ਆਪਣੇ ਪੰਜ ਪੁੱਤਰ ਬੁਲਾਏ ਨੇ, ਅਫਜ਼ਲ ਖਾਂ, ਅਨਵਰ ਖਾਂ, ਅਕਰਮ ਖਾਂ, ਹੈਦਰ ਖਾਂ, ਆਜ਼ਮ ਖਾਂ, ਜਰਨੈਲ ਸੰਮੀ ਖਾਨ ਨੂੰ ਬੁਲਾਇਆ। ਕਹਿੰਦਾ ਲੈ ਜਾਓ ਗੋਲਾ ਬਾਰੂਦ, ਤੋਪਾਂ, ਹਥਿਆਰ, ਘੋੜੇ ਲੈ ਜਾਓ, ਜੇ ਚੀਜ਼ ਦੀ ਲੋੜ ਹੈ ਲੈ ਜਾਓ, ਜਮਰਾਓ ਦੇ ਕਿਲੇ 'ਤੇ ਕਬਜ਼ਾ ਕਰਕੇ ਆਪਣਾ ਨਿਸ਼ਾਨ ਚੜਾਉਣਾ ਹੈ। ਟੱਕੋ ਜਰਾ 15 ਅਪ੍ਰੈਲ 1837 ਈਸਵੀ ਨੂੰ ਜਿਵੇਂ ਦੁਸ਼ਮਣ ਦਾ ਦਲ ਟਿੱਡੇ ਦਲ ਕਾਬਲ ਦੀ ਧਰਤੀ ਤੋਂ ਰਵਾਨਾ ਹੋਇਆ, ਮੇਰੇ ਨਾਲ ਦੇ ਸਾਥੀ ਇਉਂ ਕਹਿੰਦੇ ਵੇ। ਗੂੰਜਣ ਅਲੀ ਦੇ ਚੌਂ ਪਾਸੀ ਨਾਰੇ, ਦਲ ਵਿੱਚ ਗੂੰਜਣ ਅਲੀ
ਸ਼ਿੰਗਾਰੇ ਹੋ ਮਾਮਾ ਹੱਥੀ ਆਪਣੇ ਮਾਮਾ ਹੱਥੀ ਆਪਣੇ ਹਾਂ ਮਾਮਾ ਹੱਥੀ ਆਪਣੇ ਕਈ ਪੁੱਤ ਸ਼ਿੰਗਾਰੇ ਹੋ ਮਾਮਾ ਹੱਥੀ ਆਪਣੇ ਕਈ ਪੁੱਤ ਸ਼ਿੰਗਾਰੇਆਪਣੇ ਨਾਲ ਗੰਢ ਲਿਆ ਤੇ ਦੁਸ਼ਮਣ ਦੀ ਫੌਜ ਦੀ ਗਿਣਤੀ 50,000 ਹੋ ਗਈ। ਇਹਨਾਂ ਦੇ ਕੋਲੇ ਗੋਲਾ ਬਰੂਦ ਬੇਸ਼ਮਾਰ ਨੇ। ਇੱਕ ਪਾਸੇ ਦੁਸ਼ਮਣ ਦੀ ਫੌਜ ਦੀ ਗਿਣਤੀ 50,000, ਸਿੱਖਾਂ ਦੀ ਗਿਣਤੀ 1,000। ਜਮਰਾਵ ਦੇ ਕਿਲੇ ਅੰਦਰ ਜਥੇਦਾਰੀ ਕਰ ਰਿਹਾ ਸਰਦਾਰ ਮਹਾਂ ਸਿੰਘ। ਮਹਾਂ ਸਿੰਘ ਨੂੰ ਪਤਾ ਲੱਗਾ ਵੀ ਦੁਸ਼ਮਣ ਚੜ ਕੇ ਆ ਰਿਹਾ। ਕਿਲੇ 'ਚ ਗਿਆ ਵੀ 1,000 ਦੀ ਗਿਣਤੀ 'ਚੋਂ ਵੀ ਸਾਰੇ ਸਿੰਘ ਕਿਲੇ 'ਚ ਮੌਜੂਦ ਨਹੀਂ, ਇਰਤ ਗਿਰਤ ਗਏ ਨੇ ਤੇ ਸਾਰਿਆਂ ਨੂੰ ਸੁਨੇਹਾ ਭੇਜਿਆ ਵੀ ਜਲਦੀ ਆ ਜਾਓ, ਤੁਹਾਡੇ ਨਾਲ ਕੋਈ ਵਿਚਾਰ ਕਰਨੀ ਹੈ। ਸਿੰਘ ਇਕੱਠੇ ਹੋਏ ਨੇ। ਜਦੋਂ ਸਰਦਾਰ ਮਹਾਂ ਸਿੰਘ ਦਾ ਜ਼ਿਕਰ ਕਰਦੇ ਹਾਂ, ਇੱਕ ਮਹਾਂ ਸਿੰਘ ਅੱਜ ਜਿਹਦੀ ਆਪਾਂ ਗੱਲ ਕਰ ਰਹੇ ਹਾਂ ਜਥੇਦਾਰ ਜਮਰਾਉਣ ਦੇ ਕਿਲੇ ਅੰਦਰ,
ਪਰ ਇੱਕ ਮਹਾਂ ਸਿੰਘ ਉਹ ਆ ਜਿਹੜਾ ਮੁਕਤਸਰ ਦੀ ਜੰਗ ਅੰਦਰ ਸ਼ਹੀਦ ਹੋਇਆ। ਜਦੋਂ ਕਿਤੇ ਉਸ ਮਹਾਂ ਸਿੰਘ ਦਾ ਜ਼ਿਕਰ ਆਉਂਦਾ ਤੇ ਕਈ ਬੁਲਾਰੇ ਜਾਂ ਸੁਣਨ ਵਾਲੇ ਕਹਿ ਦਿੰਦੇ ਮਹਾਂ ਸਿੰਘਾਂ ਤੂੰ ਚੰਗਾ ਨਹੀਂ ਕੀਤਾ, ਬਦਾਵਾ ਲਿਖ ਕੇ ਦੇ ਆਇਆ, ਚੂੜੀਆਂ ਪਾ ਲੈਣੀਆਂ ਸੀ, ਵੰਗਾਂ ਪਾ ਲੈਣੀਆਂ ਸੀ ਮਹਾਂ ਸਿੰਘਾਂ। ਪਰ ਮੈਂ ਕਹਿੰਦੀ ਹਾਂ ਵੀ ਉਹ ਮਹਾਂ ਸਿੰਘ ਵਰਗਾ ਕੋਈ ਕਰਮਾਂ ਵਾਲਾ ਹੋਰ ਹੈ ਹੀ ਨਹੀਂ। ਉਹ ਮਹਾਂ ਸਿੰਘ ਬਦਾਵਾ ਲਿਖਣ ਵਾਲਿਆਂ ਚੋਂ ਨਹੀਂ, ਬਦਾਵਾ ਪੜਵਾਉਣ ਵਾਲਿਆਂ ਚੋਂ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਾਰ ਪੁੱਤ ਚੌਵਾਂ ਨੂੰ ਅੰਤਮ ਸਮੇਂ ਚੌਵਾਂ ਚੋਂ ਕਿਸੇ ਇੱਕ ਨੂੰ ਵੀ ਪਿਤਾ ਗੁਰੂ ਦੀ ਗੋਦ ਨਸੀਬ ਨਹੀਂ ਹੋਈ, ਜਿਹੜੀ ਅੰਤਮ ਸਮੇਂ ਸਰਦਾਰ ਮਹਾਂ ਸਿੰਘ ਨੂੰ ਨਸੀਬ ਹੋਈ। ਜਦੋਂ ਮਹਾਰਾਜ ਮਹਾਂ ਸਿੰਘ ਦੇ ਕੋਲ ਗਏ ਸੀ ਕਹਿਣ ਲੱਗੇ ਮਹਾਂ ਸਿੰਘਾਂ ਤੰਦਰੁਸਤ ਕਰ ਦਈਏ, ਉਹ ਕਿਹੜੀ ਚੀਜ਼ ਚਾਹੀਦੀ ਹੈ? ਹੱਥ ਜੋੜ ਦਿੱਤੇ, ਕਹਿੰਦੇ ਹੱਥ ਜੋੜੇ ਸੀਸ ਝੁਕਾਵਣੇ ਨੂੰ ਗਰਦਨ ਖਿੱਲੀ ਤੇ ਹਿੱਲੀ ਦੀ ਹਿੱਲੀ ਰਹਿ ਗਈ, ਵਿੱਚ ਆਏ ਪਿਆਰ ਦੇ ਖੰਜੂ ਦਾੜੀ ਗਿੱਲੀ ਤੇ ਗਿੱਲੀ ਦੀ ਗਿੱਲੀ ਰਹਿ ਗਈ, ਮਸਾਂ ਮਸਾਂ ਗਲਵੱਕੜੀ ਪਾਈ ਦਿਲਬਰ ਹੋ ਗਈ ਢਿੱਲੀ ਤੇ ਢਿੱਲੀ ਦੀ ਢਿੱਲੀ ਰਹਿ ਗਈ। ਮਹਾਰਾਜ ਕੁਝ ਦੇਣਾ ਚਾਹੁੰਦੇ ਹੋ ਤੇ ਬਦਾਵਾ ਪਾੜਦੇ। ਮਹਾਰਾਜ ਨੇ ਮਹਾਂ ਸਿੰਘ ਦੀਆਂ ਅੱਖਾਂ ਦੇ ਸਾਹਮਣੇ ਬਦਾਵਾ ਪਾੜ ਦਿੱਤਾ, ਮਹਾਂ ਸਿੰਘਾ ਕਰਮਾਂ ਵਾਲਾ ਹੈ, ਉਹ ਚੌਵਾਂ ਪੁੱਤਾਂ ਚੋਂ ਇੱਕ ਪੁੱਤ ਨੂੰ ਵੀ ਅੰਤਮ ਸਮੇਂ ਗੋਦ ਨਸੀਬ ਨਹੀਂ ਹੋਈ, ਜਿਹੜੀ ਗੁਰੂ ਦੀ ਗੋਦ ਅੱਜ ਤੈਨੂੰ ਨਸੀਬ ਹੋਈ ਹੈ। ਹੋ ਦੇਖ ਮਾਈ ਮੇਰੀ ਰੰਗ ਕਰਤਾਰ ਦੇ ਕੱਪੜੇ ਨਾ ਪਾਇਆ ਜਿਨੇ ਪੁੱਤਰਾਂ ਦੀ ਲਾਸ਼ ਤੇ, ਕੱਪੜੇ ਨਾ ਪਾਇਆ ਜਿਨੇ ਪੁੱਤਰਾਂ ਦੀ ਲਾਸ਼ ਤੇ, ਕੱਪੜੇ ਨਾ ਪਾਇਆ ਜਿਨੇ ਪੁੱਤਰਾਂ ਦੀ ਲਾਸ਼ ਤੇ। ਹੋ ਮੇਰੇ ਕਲਗੀਆਂ ਵਾਲੇ ਸਾਹਿਬਾਂ ਦੀ ਹੋ ਮੈਥੋਂ ਸਿਫਤ ਸੁਣਾਈ ਜਾਂਦੀ ਨਹੀਂ, ਉਹ ਤਸਵੀਰ ਬਣਾ ਬਣੀ ਲੱਗਦਾ ਤਸਵੀਰ ਬਣਾਈ ਜਾਂਦੀ ਨਹੀਂ। ਹੋਏ ਉਹਨੇ ਖੂਨ ਪੁੱਤਾਂ ਦਾ ਚੋ ਚੋ ਕੇ ਉਹ ਇੱਕ ਮਹਿਲ ਬਣਾਇਆ ਸਿੱਖੀ ਦਾ, ਉਹ ਪਰ ਮੇਰੇ ਰੰਗ ਬਜ਼ਾਰੀ ਨੇ ਉਹ ਮੈਥੋਂ ਰੱਤ ਚਵਾਈ ਜਾਂਦੀ ਨਹੀਂ। ਹੋਏ ਉਸੇ ਕਲਗੀਆਂ ਵਾਲੇ ਸਾਹਿਬਾਂ ਦੀ ਉਹ ਮੈਥੋਂ ਸਿਫਤ ਸੁਣਾਈ ਜਾਂਦੀ ਨਹੀਂ, ਉਹ ਮੈਥੋਂ ਸਿਫਤ ਸੁਣਾਈ ਜਾਂਦੀ ਨਹੀਂ। ਸਰਦਾਰ ਮਹਾਂ ਸਿੰਘ ਅੱਜ ਜਥੇਦਾਰ ਹੈ ਜਮਰਾਓ ਦੇ ਕਲਿੰਦਰ ਦੇ ਨਾਲ ਦੇ ਸਿੰਘ ਇਕੱਠੇ ਹੋਏ, ਕਹਿਣ ਲੱਗਾ ਪਿਆਰੇ ਖਾਲਸਾ ਜੀ, ਪਿਆਰੇ ਵੀਰ ਜੀ, ਦੁਸ਼ਮਣ ਚੜ ਕੇ ਆ ਗਿਆ ਤੇ ਦੁਸ਼ਮਣ ਦੀ ਫੌਜ ਦੀ ਗਿਣਤੀ 50,000 ਹੋ ਸਾਡੀ 1,000, ਮੈਨੂੰ ਪਤਾ ਵੀ 1,000 ਦਾ 50,000 ਨਾਲ ਕੀ ਮੁਕਾਬਲਾ। ਪਰ ਯਾਦ ਕਰੋ ਤੁਕੋ ਚਮਕੌਰ ਦੀ ਗੜੀ ਨੂੰ ਜਦੋਂ ਕੱਲਾ ਕੱਲਾ ਸਿੰਘ 1,25,000 ਨਾਲ ਲੜਿਆ। ਸੱਚ ਹੈ, ਜੇ ਕੱਲਾ ਸਿੰਘ 1,25,000 ਨਾਲ ਲੜ ਸਕਦਾ ਕੀ ਗੱਲ ਸੀ 1,000 ਸਿੰਘ 50,000 ਫੌਜ ਦਾ ਮੁਕਾਬਲਾ ਨਹੀਂ ਕਰ ਸਕਦੇ। ਜਦੋਂ ਸਰਦਾਰ ਨੇ ਇਹ ਗੱਲ ਕਹੀ ਤਾਂ ਸਿੰਘਾਂ ਨੇ ਜਕਾਰੇ ਲਾਉਣੇ ਸ਼ੁਰੂ ਕਰ ਦਿੱਤੇ ਨੇ, ਕਹਿਣ ਲੱਗਾ ਸਰਦਾਰ ਸਾਹਿਬ ਓਏ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਆ ਵੀ ਜਿੰਨਾ ਚਿਰ ਸਾਡੇ ਸਰੀਰ 'ਚ ਜਾਨ ਹੈ ਜਿੰਨਾ ਚਿਰ ਚੱਲਦੇ ਸਵਾਸ ਅਸੀਂ ਦੁਸ਼ਮਣ ਦੇ ਟਾਕਰੇ ਤੇ ਜਾ ਕੇ ਜੂਝਾਂਗੇ ਲੜਾਂਗੇ, ਓਏ ਉਹਨਾਂ ਚਿਰ ਦੁਸ਼ਮਣ ਨਾਲ ਜੂਝਦੇ ਲਵਾਂਗੇ ਜਿੰਨਾ ਚਿਰ ਸ਼ਹਾਦਤ ਦਾ ਜਾਮ ਨਹੀਂ ਪੀ ਜਾਂਦੇ ਔਰ ਜਿੰਨਾ ਚਿਰ ਸਾਡਾ ਇੱਕ ਵੀ ਸਵਾਸ ਸਰੀਰ 'ਚ ਬਾਕੀ ਹੈ। ਕਦੇ ਸਿੰਘਾਂ ਨੇ ਇਹ ਗੱਲ ਕਹੀ ਨਾ, ਸਿਆਣੇ ਕਹਿੰਦੇ ਮਰਦ ਹੁੰਦਾ ਹੀ ਉਹ ਹੈ ਜਿਹੜਾ ਬਿਪਤਾ ਦੇਖ ਕੇ ਭੱਜੇ ਨਾ ਘਬਰਾਵੇ ਨਾ, ਪਰ ਇਹਨਾਂ ਨੇ ਕਿਹਾ ਸਰਦਾਰ ਸਾਹਿਬ ਵਾਅਦਾ ਹੈ ਸਾਡਾ, ਜੇ ਬਚਨ ਕਰਦਾ ਤੇ ਖੜੇ ਆ ਅੰਤਮ ਸਵਾਸ ਤੱਕ ਲੜਾਂਗੇ। ਕਹਿੰਦੇ ਇਹ ਗੱਲ ਸਿੰਘਾਂ ਦੀ ਸੁਣਦਿਆਂ ਦੇਰ ਅਸ ਅਸ ਕਰ ਉੱਠਿਆ ਸਰਦਾਰ ਮਹਾਰਾਜ, ਉਹ ਸਦਕੇ ਜਾਵਾਂ ਤੁਹਾਡੇ ਤੋਂ ਵਾਰਿਆ ਜਾਵਾਂ, ਤੁਹਾਡਾ ਜਜ਼ਬਾ
ਸ਼ਹਾਦਤ ਜਾਮ ਪੀਣ ਦਾ ਦੇਖ ਕੇ ਮਨ ਨੂੰ ਖੁਸ਼ੀ ਹੋਈ। ਤੱਕੋ ਜਰਾ ਸਿੰਘ ਕਰਦੇ ਨੇ ਵਿਚਾਰ, ਦੁਸ਼ਮਣ ਦੇ ਆਉਣ ਬਾਰੇ ਸਰਦਾਰ ਮਹਾਂ ਸਿੰਘ ਦੱਸ ਰਿਹਾ ਹੈ, ਔਰ ਕਿਵੇਂ ਵਿਉਂਤਬੰਦੀ ਕਰਨੀ ਹੈ, ਜਿਹੜੀ ਸਾਰੀ ਵਿਚਾਰਤ ਕੀਤੀ ਜਾ ਰਹੀ ਹੈ। ਮੇਰੇ ਨਾਲ ਦੇ ਸਾਥੀ ਕਵਿਤਾ ਇਉਂ ਕਹਿੰਦੇ ਨੇ, ਚਮਕੌਰ ਨੂੰ ਯਾਦ ਕਰ ਲੋ ਤੁਸੀਂ, ਅੱਜ 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 ਚਮਕੌਰ ਨੂੰ ਯਾਦ ਕਰ ਲੋ। ਚੜੀ ਸਿੰਘ ਦੁਸ਼ਮਣ ਵੇ ਸ਼ੁਮਾਰ ਸਿੰਘੋ, ਚਾਲੀ ਸਿੰਘ ਦੁਸ਼ਮਣ ਵੇ ਸ਼ੁਮਾਰ ਸਿੰਘੋ। ਕਿਸੇ ਇਲਮ ਦਾ ਔਖਾ ਉਸਤਾਦ ਹੋਣਾ, ਉਹ ਕਹਿ ਰਵਾਂਗੇ
ਗੁਲਾਮੀ ਦੇ ਪਿੰਜਰੇ ਚੋਂ ਓਏ ਔਖਾ ਬੁਲਬੁਲਾਂ ਤਾਈ ਆਜ਼ਾਦ ਹੋ ਉਹ ਸੁਖੇ ਗ੍ਰਸ ਦਾ ਛੱਡਣਾ ਬੜਾ ਔਖਾ ਉਹ ਸੁਖੇ ਗ੍ਰਸ ਦਾ ਛੱਡਣਾ ਬੜਾ ਔਖਾ ਓਏ ਔਖਾ ਦੇਸ਼ ਲਈ ਮਿਟਣਾ ਬਰਬਾਦ ਹੋਣਾ ਉਹ ਗੱਲਾਂ ਸਾਰੀਆਂ ਹੀ ਔਖੀਆਂ ਖਾਲਸਾ ਜੀ ਹੋਇਆ ਪਰ ਸਭ ਤੋਂ ਔਖਾ ਹੈ ਸਾਧ ਹੋਣਾ ਅੱਜ ਪੱਗ ਪੰਜਾਬ ਦੀ ਹੱਥ ਸਾਡੇ 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 ਪੱਗ ਪੰਜਾਬ ਦੀ ਹੱਥ ਸਾਡੇ ਉਹ ਦੇਸ਼ ਖਾਤਿਰ ਜਾਨਾ ਵਾਰ ਸਿੰਘੋ ਦਿਓ ਦੇਸ਼ ਖਾਤਿਰ ਜਾਨਾ ਵਾਰ ਸਿੰਘੋ ਸੂਰੇ ਮਰਦ
ਦਾ ਕਾਲਜਾ ਤਾਰ ਕਰਦੀ ਸੱਚ ਸੀਨੇ ਵੱਜਦੇ ਤੇਗ ਜਦ ਚੰਤਾਨਿਆ ਦੀ ਸ਼ਿਵਿਆ ਅਣਖ ਦੀ ਸਮਾਂ ਤੋਂ ਮਚ ਜਾਵੇ ਸਿੱਖ ਕੌਮ ਹੈਣਖੀ ਪਰਵਾਨਿਆ ਦੀ ਅੱਜ ਨਾਲ ਦੇ ਸਿੰਘ ਤਿਆਰ ਹੋਏ ਨੇ ਅਸੀਂ ਦੋ ਕਵਿਤਾਵਾਂ ਦੀ ਆਪ ਜੀ ਦੇ ਨਾਲ ਸੰਤ ਪਾ ਕੇ ਖਿਮਾ ਦੇ ਜਾਤ ਹੋ ਜਾਣੇ ਕਈ ਵਾਰੀ ਅਣਜਾਣੇ 'ਚ ਆਪਣੇ ਤੋਂ ਗਲਤੀਆਂ ਹੋ ਜਾਂਦੀਆਂ ਪਰ ਆਪਾਂ ਮਾਫ਼ੀ ਮੰਗਣੀ ਹੈ ਵੀ ਅਸੀਂ ਤੁਹਾਡੇ ਬੱਚੇ ਹੈ ਪਰ ਸ਼ਹੀਦੋ ਸਿੰਘੋ ਅੱਜ ਤੁਹਾਡੇ ਬੱਚੇ ਹੀ ਤੁਹਾਡੇ ਦਿਨ ਨੂੰ ਮਨਾ ਰਹੇ ਨੇ ਅਣਜਾਣੇ 'ਚ ਗਲਤੀਆਂ ਹੁੰਦੀਆਂ ਨੇ ਤੁਸੀਂ ਕਿਰਪਾ ਕਰਨੀ ਆਪਣੇ ਬੱਚਿਆਂ ਤੋਂ ਸੇਵਾ ਆਪ ਲੈ ਲੈਣੀ ਆਓ ਜ਼ਿਕਰ ਕਰ ਜਾਈਏ ਦੁਸ਼ਮਣ ਦੀ ਫੌਜ ਆ ਗਈ ਇੱਕ ਪਾਸੇ ਸਿੰਘ ਸੂਰਮੇ ਦੋਨੇ ਤਰ੍ਹਾਂ ਮੋ ਸਾਹਮਣੇ ਹੋ ਗਈ ਕਹਿੰਦੇ ਆਮੋ ਸਾਹਮਣੇ ਪੈਂਤੜੇ ਮਾਲੇ ਨੇ ਦੋਵੇਂ ਧਿਰਾਂ ਦੇ ਯੋਧੇ ਅਕਾਲੀਆਂ ਨੇ ਇੱਕ ਪਾਸੇ ਸਿੱਖ ਦੂਸਰੇ ਪਾਸੇ ਪਠਾਨ ਖੜੇ ਫੱਟ ਖਾਣ ਲਈ ਹਿੱਕਾਂ ਤਾਣੀਆਂ ਨੇ ਜਿਵੇਂ ਸ਼ਮਾ ਤੇ ਪੌਣ ਪਤੰਗੇ ਤਰਮਟੇਵੇਂ ਮੌਤ ਉੱਤੋਂ ਜਿੰਦਗਾਨੀਆਂ ਨੇ ਦੋਨਾਂ ਧਿਰਾਂ ਦਾ ਮੁਕਾਬਲਾ ਹੋਣ ਲੱਗਾ ਤੇ ਸਰਦਾਰ ਮਹਾ ਸਿੰਘ ਇਹਦੀਆਂ ਅੱਖਾਂ ਸਾਹਮਣੇ ਸ਼ੰਮੀ ਖਾਂ ਆ ਗਿਆ ਆਵਾਜ਼ ਮਾਰੀ ਉਹ ਸ਼ੰਮੀ ਖਾਂ ਨਾ ਕਰ ਸਰਦਾਰ ਨਾਲ ਮੁਕਾਬਲਾ ਸਰਦਾਰ ਮਹਾ ਸਿੰਘ ਨੂੰ ਧੱਕਦਿਆਂ ਮਾਣ ਦੇ ਵਿੱਚ ਹੰਕਾਰ ਦੇ ਵਿੱਚ ਸ਼ੰਮੀ ਖਾਂ ਬੋਲਿਆ ਉਹ ਕਹਿੰਦਾ ਮਹਾ ਸਿੰਘਾ ਤੈਨੂੰ ਪਤਾ ਹੈ ਮੇਰੀ ਫੌਜ ਦੀ ਗਿਣਤੀ ਕਿੰਨੀ ਹੈ ਤੈਨੂੰ ਆਪਣੀ ਗਿਣਤੀ ਦਾ ਵੀ ਪਤਾ ਹੋਣਾ ਤੈਨੂੰ ਮੇਰੀ ਗਿਣਤੀ ਦਾ ਵੀ ਪਤਾ ਹੋਣਾ ਹੈ ਤੂੰ 1000 ਤੇਰੇ ਕੋਲ ਫੌਜ ਔਰ ਮੈਂ 50,000 ਦਾ ਮਾਲਕ ਉਹ ਮੈਂ ਕੁਰਾਨ ਸ਼ਰੀਫ ਦੀ ਕਸਮ ਖਾਨਾ ਤੇ ਸ਼ਾਮਾ ਹੋਣ ਤੋਂ ਪਹਿਲਾਂ ਤੇਰੇ ਕਿਲੇ ਨੂੰ ਢਾਹ ਕੇ ਤਾਂ ਮੈਂ ਆਪਣਾ ਕਬਜ਼ਾ ਕਰ ਲਵਾਂਗਾ ਕਹਿੰਦਾ ਮੈਂ ਖਾਵਾਂ ਕਸਮ ਕੁਰਾਨ ਦੀ ਨਾਲ ਇਮਾਨ ਦੇ ਮੈਂ ਗੜਜ ਮਰਾਉ ਦਾ ਢਾਵਾ ਖਾ ਕੁੜਾ ਦਿਆਂ ਮੈਂ ਮਿੱਟੀ ਵਿੱਚ ਮਲਾਵਾਂ ਬਾਲਾ ਸ਼ਾਹ ਨੂੰ ਮੈਂ ਮਿਚੜੀ ਤੇ ਹਲਵਾਵਾਂ ਸਾੜਾ ਛੋੜੀਆਂ ਮੈਂ ਸਿਰਾਂ ਦਾ ਧੜੇ ਬਣਾਵਾਂ ਪੜਾ ਨਵਾਜ਼ ਵੈ ਮੈਂ ਨਾਮ ਨਿਸ਼ਾਨ ਮਟਾਵਾਂ ਜੱਗ ਤੋਂ ਸਿੱਖ ਆ ਦੋਨਾਂ ਧਿਰਾਂ ਦਾ ਮੁਕਾਬਲਾ ਹੋ ਰਿਹਾ ਪਹਿਲਾ ਦਿਨ ਸ਼ਾਮ ਦਾ ਸਮਾਂ ਹੋ ਗਿਆ ਰਾਤ ਹੋ ਗਈ ਜੰਗ ਰੁਕ ਗਿਆ ਪਠਾਣਾ ਨੇ ਥੋੜਾ ਸੁੱਖ ਦਾ ਸਾਹ ਲਿਆ ਵੀ ਜੰਗ ਰੁਕ ਗਈ ਹੁਣ ਸਵੇਰ ਫੇ ਹੋਈ ਦੋਨੇ ਧਿਰਾਂ ਦਾ ਮੁਕਾਬਲਾ ਫੇ ਹੋਣ ਲੱਗ ਪਿਆ ਸਿਆਣੇ ਕਹਿੰਦੇ ਜੰਗ ਦੇ ਮੈਦਾਨ ਅੰਦਰ ਬਹੁਤ ਗਿਣਤੀ ਨਹੀਂ ਜਜ਼ਬਾ ਜ਼ਿਆਦਾ ਦੇਖਿਆ ਜਾਂਦਾ ਕਈ ਵਾਰੀ ਥੋੜੀ ਗਿਣਤੀ ਜ਼ਿਆਦਾ ਤੇ ਭਾਰੂ ਪੈ ਜਾਂਦੀ ਹੈ ਕਿਉਂਕਿ ਉਹਨਾਂ ਦਾ ਜਜ਼ਬਾ ਹੈ ਆਪਾਂ ਦੇਖਦੇ ਹਾਂ ਨਾ ਕਈ ਵਾਰੀ ਇਨਸਾਨ ਚੜ੍ਹਦੀ ਕਲਾ 'ਚ ਹੁੰਦਾ ਇਕੱਲਾ ਹੀ ਕਈਆਂ ਨੂੰ ਮੰਨਦਾ ਹੀ ਨਹੀਂ ਅੱਗੇ ਮੂਹਰੇ ਲਾ ਕੇ ਤੁਰਿਆ ਫਿਰਦਾ ਕਈ ਵਾਰੀ ਬੰਦੇ ਦਾ ਮਨ ਐਸਾ ਵੀ ਉਹ ਚੜ੍ਹਦੀ ਕਲਾ 'ਚ ਕਈ ਵਾਰੀ ਢਹਿੰਦੀ ਕਲਾ 'ਚ ਉਦੋਂ ਢਹਿੰਦੀ ਕਲਾ 'ਚ ਆ ਜਾਵੇ ਫਿਰ ਨੁਕਸਾਨ ਤਾਂ ਆਪੇ ਹੋਣਾ ਵੀ ਮੈਨੂੰ ਕੋਈ ਬੁਲਾਇਓ ਨਾ ਮੈਂ ਮਰ ਗਿਆ ਮੈਨੂੰ ਆਹ ਹੋ ਗਿਆ ਜੇ ਚੜ੍ਹਦੀ ਕਲਾ 'ਚ ਫਿਰ ਕੋਈ ਪਰਵਾਹ ਹੀ ਨਹੀਂ ਕਹਿੰਦੇ ਜਜ਼ਬਾ ਬੜੀ ਅਹਿਮੀਅਤ ਰੱਖਦਾ ਹੈ ਜੰਗ ਦੇ ਮੈਦਾਨ ਅੰਦਰ ਗਿਣਤੀ ਨਹੀਂ ਜਜ਼ਬਾ ਅਹਿਮੀਅਤ ਰੱਖਦਾ ਹੈ ਔਰ ਪਿਆਰ ਅੰਦਰ ਜਿੱਦ ਨਹੀਂ ਸਮਰਪਣ ਦੇਖਿਆ ਜਾਂਦਾ ਹੈ ਦੇਖੋ ਜਰਾ ਆ ਦੁਸ਼ਮਣ ਦੀ ਫੌਜ ਦੀ ਗਿਣਤੀ ਭਾਵਾਂ ਜ਼ਿਆਦੀ ਹੈ ਸਿੰਘਾਂ ਦੀ ਥੋੜ੍ਹੀ ਗਿਣਤੀ ਅੱਜ ਭਾਜੜਾਂ ਪੈ ਗਈਆਂ ਦੁਸ਼ਮਣ ਨੂੰ ਦੂਜਾ ਦਿਨ ਹੋ ਗਿਆ ਜੰਗ ਫੇਰ ਸ਼ੁਰੂ ਹੋਈ ਸਵੇਰ ਦੁਪਹਿਰ ਸ਼ਾਮਾਂ ਹੋ ਗਈਆਂ ਦੁਸ਼ਮਣ ਨੇ ਤੋਪਾਂ ਦੇ ਗੋਲੇ ਛੱਡੇ ਤੇ ਕਿਲੇ ਦੀ ਸਾਹਮਣੀ ਕੰਧ ਵਿੱਚ ਪਾੜ ਪੈ ਗਿਆ ਦੁਸ਼ਮਣ ਨੂੰ ਚਾਹ ਚੜ੍ਹ ਗਿਆ ਬਈ ਅੱਜ ਦੂਜਾ ਦਿਨ ਰਾਤ ਸ਼ਾਮ ਦਾ ਸਮਾਂ ਹੋਇਆ ਤਾਂ ਅਸੀਂ ਤੋਪਾਂ ਦੇ ਗੋਲਿਆਂ ਨਾਲ ਇਹਨਾਂ ਦੀਆਂ ਕੰਧਾਂ 'ਚ ਪਾੜਾਂ ਪਾ ਦਿੱਤੀਆਂ ਜਿਵੇਂ ਦਿਨ ਚੜ੍ਹਨਾ ਅਸੀਂ ਤੇ ਕਿਲੇ ਦੇ ਹੱਲਾ ਬੋਲ ਕੇ ਕਬਜ਼ਾ ਕਰ ਲੈ ਲੈਣਾ ਸ਼ਾਮ ਦਾ ਸਮਾਂ ਤੇ ਅਫਜ਼ਲ ਖਾਂ ਜਿਹਨੇ ਆਪਣੇ 5 ਪੁੱਤ ਭੇਜੇ ਸੀ ਨਾ ਦੋਸਤ ਮੁਹੰਮਦ ਖਾਂ ਨੇ ਇਹਦਾ ਵੱਡਾ ਪੁੱਤ ਸੀ ਅਫਜ਼ਲ ਖਾਂ ਅਫਜ਼ਲ ਖਾਂ ਕਹਿਣ ਲੱਗਾ ਵੀ ਆ ਮੈਨੂੰ CID ਮਿਲੀ ਸੀ ਇਹਨਾਂ ਦੀ ਗਿਣਤੀ 1000 ਤੇ 1000 ਚੋਂ ਤੇ ਕਈਆਂ ਨੂੰ ਅਸੀਂ ਮਾਰ ਦਿੱਤਾ ਥੋੜੀ ਗਿਣਤੀ ਰਹਿ ਗਈ ਪਰ ਮੈਨੂੰ ਯਕੀਨ ਨਹੀਂ ਆ ਰਿਹਾ ਇਹਨਾਂ ਦੇ ਜਕਾਰਿਆਂ ਦੀ ਆਵਾਜ਼ ਤੋਂ ਇੰਝ ਲੱਗਦਾ ਵੀ ਇਹਨਾਂ ਦੀ ਗਿਣਤੀ ਬੜੀ ਜ਼ਿਆਦਾ ਮੈਂ ਅੰਦਰ ਜਾ ਕੇ ਦੇਖਾਂ ਵੀ ਇਹਨਾਂ ਦੇ ਕੋਲੇ ਗੋਲਾ ਬਰੂਦ ਹਥਿਆਰ ਕਿੰਨੇ ਨੇ ਕਹਿੰਦੇ ਦੁਸ਼ਮਣ ਓਨਾ ਚਿਰ ਸਾਡਾ ਨੁਕਸਾਨ ਨਹੀਂ ਕਰ ਸਕਦਾ ਜਿੰਨਾ ਚਿਰ ਦੁਸ਼ਮਣ ਨੂੰ ਸਾਡੇ ਘਰ ਦਾ ਭੇਤ ਨਹੀਂ ਪਰ ਜਦੋਂ ਭੇਤ ਲੱਗੇ ਅਸੀਂ ਅੱਜ ਵੀ ਮਰੇ ਅਸੀਂ ਕੱਲ ਵੀ ਮਰੇ ਪੁਰਾਣੇ ਸਮੇਂ ਅੰਦਰ ਸਿਆਣੇ ਬਜ਼ੁਰਗ ਕੀ ਕਹਿੰਦੇ ਸੀ ਜੇ ਕਿਤੇ ਦੋ ਭਰਾਵਾਂ ਦੇ ਲੜਾਈ ਹੋਣੀ ਨਾ ਤੇ ਬਾਪੂ ਬਜ਼ੁਰਗ ਨੇ ਦਬਕਾ ਮਾਰ ਕੇ ਕਹਿਣਾ ਚਲੋ ਘਰੇ ਜੇ ਕੋਈ ਗੱਲ ਆ ਤੇ ਘਰੇ ਜਾ ਕੇ ਕਰਿਓ ਅੰਦਰ ਬਹਿ ਕੇ ਭਰਾ
ਭਰਾ ਭਰਾ ਆਪਣੀ ਗੱਲ ਨੂੰ ਨਿਪਟਾ ਲਓ, ਬਾਹਰ ਗਵਾਂਢੀ ਨੂੰ ਕਿਸੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ, ਅੰਦਰ ਹੀ ਗੱਲ ਬਹਿ ਕੇ ਕਿਸੇ ਨੂੰ ਪਤਾ ਨਾ ਲੱਗੇ, ਕਿਉਂਕਿ ਭਰਾਵਾਂ ਦੀ ਲੜਾਈ 'ਚ ਤੀਜਾ ਆਣ ਕੇ ਕਦੋਂ ਫਾਇਦਾ ਚੱਕ ਜਾਵੇ, ਪਰ ਅੱਜ ਕਿਤੇ ਮਾੜੀ ਮੋਟੀ ਗੱਲ ਹੋ ਜਾਵੇ ਤੇ ਸਾਨੂੰ ਤੇ ਉਹਨਾਂ ਚਿਰ ਚੰਗਾ ਹੀ ਨਹੀਂ ਲੱਗਦਾ, ਜਿਹਨਾਂ ਕੰਧ ਤੋਤਾਂ ਸਿਰ ਕਰ ਕਰ ਰੌਲਾ ਪਾ ਪਾ ਦੱਸੀਏ ਨਾ। ਉਹ ਘਰ ਦਾ ਭੇਦ, ਮੈਂ ਮੀਡੀਆ ਦੀ ਗੱਲ ਕੀਤੀ, ਕਈਆਂ ਦਾ ਦੇਖਿਓ ਤੁਸੀਂ ਹਾਲ ਪੈਸੇ ਕਮਾਉਣ ਲਈ, ਜਿਹੜਾ ਖਾਣਗੇ ਉਹ ਵੀ ਦੱਸਣਗੇ ਅੱਜ ਆਹ ਖਾਂਦਾ ਆਹ ਲਿਆਂਦਾ, ਪਚਣਾ ਤੁਹਾਨੂੰ ਸਵਾ ਹੈ, ਤੁਸੀਂ ਲੋਕਾਂ ਨੂੰ ਬੋਲ ਬੋਲ ਦੱਸਦੇ ਮੈਂ ਆਹ ਚੀਜ਼ ਖਾਧੀ ਹੈ, ਘਰ ਦਾ ਤਾਂ ਸਾਡੇ ਕੋਈ ਭੇਦ ਰਹਿ ਹੀ ਨਹੀਂ ਗਿਆ ਵੀ ਜਿਹੜਾ ਅਸੀਂ ਨਾ ਦੱਸੀਏ, ਕੋਈ ਪ੍ਰਾਈਵੇਸੀ ਏਦਾਂ ਨਹੀਂ ਰਹਿ ਗਈ, ਸਾਡੇ ਬਾਰੇ ਸਾਰਾ ਦੂਜਿਆਂ ਨੂੰ ਪਤਾ ਕਿ ਕਦੋਂ ਕਿੱਥੇ ਗਏ ਅਸੀਂ ਕੀ ਕਰਦੇ ਹਾਂ, ਪਰ ਨਹੀਂ ਘਰ ਦਾ ਭੇਦ ਘਰ ਅੰਦਰ ਹੀ ਰਹੇ ਤੇ ਚੰਗੀ ਗੱਲ ਹੈ, ਨਹੀਂ ਤੇ ਫਿਰ ਨੁਕਸਾਨ ਤੇ ਹੁੰਦਾ, ਉਹਦੇ ਜ਼ਿੰਮੇਵਾਰ ਅਸੀਂ ਹੈ। ਇਹ ਕਹਿਣ ਲੱਗਾ ਸਿੱਖਾਂ ਦੀ ਗਿਣਤੀ ਕਿੰਨੀ ਹੈ, ਜਾ ਕੇ ਦੇਖਾਂ ਤੇ ਕਿਲੇ ਵੱਲ ਨੂੰ ਵਧਿਆ, ਸ਼ਮੀ ਖਾਨ ਨੇ ਮਾਰੀ ਆਵਾਜ਼, ਉਹ ਕਹਿਣ ਲੱਗਾ ਅਫਜ਼ਲ ਖਾਨ ਕਿੱਧਰ ਚੱਲਿਆ, ਜਦੋਂ ਸ਼ਮੀ ਖਾਨ ਨੇ ਆਵਾਜ਼ ਮਾਰੀ ਤੇ ਅਫਜ਼ਲ ਖਾਨ ਰੁਕ ਗਿਆ, ਅੱਖਾਂ ਗੁੱਸੇ ਨਾਲ ਲਾਲ ਕਰ ਲਈ ਵੀ ਜਦੋਂ ਮੈਂ ਚੱਲਿਆ ਇਹਨੇ ਆਵਾਜ਼ ਕਿਉਂ ਮਾਰੀ, ਤੇ ਕਈ ਕਹਿੰਦੇ ਜੀ ਆਵਾਜ਼ ਮਾਰਨੀ ਮਾੜੀ ਹੁੰਦੀ, ਅੱਜ ਦੇ ਸਮੇਂ ਅੰਦਰ ਵੀ ਕਿਤੇ ਬੰਦਾ ਜਾਂਦਾ ਆਵਾਜ਼ ਨਾ ਮਾਰੋ ਪਿੱਛੇ, ਕਹਿੰਦੇ ਅਫਜ਼ਲ ਖਾਨ ਨੇ ਅੱਖਾਂ ਗੁੱਸੇ ਨਾਲ ਲਾਲ ਕਰ ਲਈ। ਸ਼ਮੀ ਖਾਨ ਕਹਿੰਦਾ ਅਫਜ਼ਲ ਖਾਨ ਕਿੱਧਰ ਚੱਲਿਆ, ਉਹ ਕਹਿੰਦਾ ਤੈਨੂੰ ਦੀਦਾ ਨਹੀਂ ਦੇਖਦਾ ਨਹੀਂ, ਉਹ ਮੈਂ ਕਲੇ ਅੰਦਰ ਚੱਲਿਆ ਆਵਾਜ਼ ਕਿਉਂ ਮਾਰੀ, ਤੇ ਸ਼ਮੀ ਖਾਨ ਕਹਿੰਦਾ ਮੈਨੂੰ ਦੀਦਾ ਤਾਂ ਆਵਾਜ਼ ਮਾਰੀ, ਉਹ ਮਰਨਾ ਹੈ ਤੇਰੀ ਮੌਤ ਆਵਾਜ਼ਾਂ ਮਾਰਦੀ ਕਿੱਥੇ ਚੱਲਿਆ। ਸਿੱਖਾਂ ਦੇ ਕੋਲ ਸਿਆਣੇ ਕਹਿੰਦੇ ਸੱਪ ਦੀ ਖੁੱਡ 'ਚ ਔਰ ਸ਼ੇਰ ਦੇ ਘੁਰਨੇ 'ਚ ਸੋਚ ਕੇ ਹੱਥ ਪਾਈਦਾ, ਉਹ ਸਿੱਖ ਕੌਮ ਹੈ, ਉਹ ਇਹਨਾਂ ਤੋਂ ਤੇਰੇ ਸਰੀਰ ਦੇ ਟੁਕੜੇ ਵੀ ਬਾਹਰ ਨਹੀਂ ਆਉਣ ਦੇਣੇ, ਮਰ ਜਾਵੇਗਾ, ਤੈਨੂੰ ਮਾਰ ਦੇਣਾ ਇਹਨਾਂ ਨੇ, ਤੇਰੇ ਸਰੀਰ ਦੇ ਟੁਕੜੇ ਵੀ ਬਾਹਰ ਨਹੀਂ ਆਉਣੇ। ਸੱਚ ਜਦੋਂ ਅਫਜ਼ਲ ਖਾਨ ਨੇ ਇਹ ਗੱਲ ਸੁਣੀ ਕਹਿੰਦਾ ਸੱਚੀ ਇੱਦਾਂ ਦੀ ਕੌਮ, ਫਿਰ ਮੈਂ ਨਹੀਂ ਜਾਣਾ ਮਰਨਾ ਤੇ ਤੁਹਾਨੂੰ ਨਾਲ ਲੈ ਕੇ ਮਰੂੰਗਾ, ਹੁਣ ਇਕੱਲੇ ਨੇ ਨਹੀਂ ਮੈਂ ਮਰਨਾ। ਮੁੜ ਗਿਆ ਪਿੱਛੇ, ਜੰਗ ਰੁਕ ਗਿਆ ਤੇ ਸਰਦਾਰ ਮਹਾਂ ਸਿੰਘ ਜਥੇਦਾਰ ਹੈ, ਇਹਦੀ ਬੜੀ ਵੱਡੀ ਜ਼ਿੰਮੇਵਾਰੀ ਹੈ, ਜਥੇਦਾਰ ਦੀ ਜ਼ਿੰਮੇਵਾਰੀ ਹੁਣ ਪਿੰਡ ਦਾ ਸਰਪੰਚ ਬਣ ਜਾਵੇ, ਜੇ ਤੇ ਚੰਗਾ ਸਰਪੰਚ ਹੈ ਤੇ ਪਿੰਡ ਵੜਦਿਆਂ ਹੀ ਪਤਾ ਲੱਗ ਜਾਂਦਾ ਹੈ, ਤੇ ਕਈ ਵਾਰੀ ਗ੍ਰਾਂਟ ਖਾਧੀ ਵੀ ਜਾਂਦੀ ਹੈ ਉਹਦਾ ਵੀ ਵੈਸੇ ਪਤਾ ਲੱਗ ਜਾਂਦਾ ਹੈ, ਕਈਆਂ ਨੂੰ ਗੁੱਸਾ ਹੀ ਲੱਗਦਾ ਹੈ, ਪਰ ਕਈ ਵਾਰੀ ਇਹ ਹੁੰਦਾ ਵੀ ਜੇ ਹੁਣ ਅੱਜ ਕਿਹੜਾ ਅਹੁਦਾ ਮਿਲਿਆ ਤੇ ਅੱਜ ਆਪਣਾ ਸੂਤ ਲਾ ਲਓ, ਕੱਲ ਨੂੰ ਪਤਾ ਨਹੀਂ ਆਹ ਪੈਸਾ ਆਉਣਾ ਕਿ ਨਹੀਂ ਆਉਣਾ, ਪਰ ਸਿਆਣੇ ਬੰਦੇ ਲੰਮੀ ਸੋਚ ਲੈ ਕੇ ਤੁਰਦੇ ਨੇ, ਉਹ ਕਹਿੰਦੇ ਨਾ ਪੱਲਿਓਂ ਖਵਾਈਏ ਕਿਸੇ ਨੂੰ ਤੇ ਨਾ ਹੀ ਫਿਰ ਕਿਸੇ ਦਾ ਖਾਈਏ, ਇਹ ਸਿਆਣੇ ਬੰਦੇ ਦੀ ਸੋਚ ਹੁੰਦੀ ਹੈ। ਜਥੇਦਾਰ ਇਹਨੇ ਕਿਹਾ ਵੀ ਕੁਝ ਨੌਜਵਾਨ ਉੱਠੋ, ਕਿਤੇ ਦੁਸ਼ਮਣ ਵੱਡੀ ਗਿਣਤੀ ਤੇ ਅੰਦਰ ਨਾ ਆ ਜਾਵੇ, ਭਰੋ ਮਿੱਟੀ ਦੀਆਂ ਬੋਰੀਆਂ ਬੋਰੇ ਆ ਪਾੜ ਨੂੰ ਭਰ ਦਿਓ ਪੂਰ ਦਿਓ। ਫੇਰ ਕਿਹਾ ਵੀ ਆਹ ਇੱਕ ਚਿੱਠੀ ਮੈਂ ਹਰੀ ਸਿੰਘ ਦੇ ਨਾਮ ਲਿਖੀ ਹੈ, ਕੋਈ ਮੇਰਾ ਵੀਰ ਜਲਦੀ ਉੱਠੇ ਤੇ ਰਾਤੋ ਰਾਤ ਚਿੱਠੀ ਹਰੀ ਸਿੰਘ ਨਲੂਆ ਨੂੰ ਪਹੁੰਚਾ ਦੇਵੇ, ਹਰੀ ਸਿੰਘ ਜਿਹੜਾ ਸਮੇਂ ਸਿਰ ਮਦਦ ਲੈ ਕੇ ਮੇਰੇ ਨਾਲ ਕੋਲ ਪਹੁੰਚੇ। ਜਦੋਂ ਇਹ ਗੱਲ ਮਹਾਂ ਸਿੰਘ ਨੇ ਕਹੀ ਨਾ ਤੇ ਇੱਕ ਨੌਜਵਾਨ ਭੈਣ ਉੱਠ ਕੇ ਖੜੀ ਹੋ ਗਈ, ਬੀਬੀ ਭੈਣ ਕਹਿੰਦੀ ਵੀਰ ਜੀ ਸਾਰੇ ਸਿੰਘਾਂ ਦਾ ਕਿਲੇ ਅੰਦਰ ਰਹਿਣਾ ਜ਼ਰੂਰੀ ਹੈ, ਦੁਸ਼ਮਣ ਨੇ ਘੇਰਾ ਪਾਇਆ, ਇਕੱਲੇ ਨੇ ਸਿੰਘ ਨੇ ਕਈਆਂ ਦੇ ਆਹੂ ਲਾਉਣੇ ਨੇ, ਇਸ ਕਰਕੇ ਚਿੱਠੀ ਲਿਜਾਣ ਦਾ ਮੌਕਾ ਮੈਨੂੰ ਦੇ ਦਿਓ, ਮੈਂ ਸੇਵਾ ਕਰਾਂਗੀ ਰਾਤੋ ਰਾਤ ਚਿੱਠੀ ਲੈ ਕੇ ਮੈਂ ਪਹੁੰਚਦੀ। ਦੋ ਚਾਰ ਸਿੰਘ ਹੋਰ ਉੱਠ ਕੇ ਖੜੇ ਹੋ ਗਏ, ਕਹਿਣ ਲੱਗੇ ਭੈਣ ਜੀ ਤੁਸੀਂ ਕਿਉਂ ਜਾਓ, ਅਸੀਂ ਬੈਠੇ ਹਾਂ ਨਾ ਤੁਹਾਡੇ ਵੀਰ ਕਿਲੇ 'ਚ, ਸਾਡੇ ਹੁੰਦੇ ਆ ਤੁਹਾਨੂੰ ਕੀ ਲੋੜ, ਤੁਸੀਂ ਕਿਲੇ ਤੋਂ ਬਾਹਰ ਜਾਓ। ਸਰਦਾਰ ਸਾਹਿਬ ਜਥੇਦਾਰ ਸਾਹਿਬ ਇਹ ਧੀਆਂ ਕੌਮ ਦੀ ਇੱਜ਼ਤ ਹੁੰਦੀਆਂ ਨੇ, ਇਹ ਬੱਚੀਆਂ ਕੌਮ ਦਾ ਸਰਮਾਇਆ ਹੁੰਦੀਆਂ ਨੇ, ਬਾਹਰ ਦੁਸ਼ਮਣ ਦਾ ਪੈਰਾ ਇਕੱਲੀ ਭੈਣ ਨੂੰ ਦੇਖ ਕੇ ਦੁਸ਼ਮਣ ਪਤਾ ਨਹੀਂ ਕੀ ਕਰ ਗੁਜ਼ਰੇ। ਭੈਣ ਕਹਿੰਦੀ ਸਦਕੇ ਜਾਵਾਂ ਤੁਹਾਡੇ ਤੋਂ, ਵੀਰ ਜੀ ਇੱਕ ਗੱਲ ਦਾ ਜਵਾਬ ਦੇ ਦਿਓ, ਕਲਗੀਧਰ ਪਾਤਸ਼ਾਹ ਮਹਾਰਾਜ ਨੇ ਜਦੋਂ ਅੰਮ੍ਰਿਤਪਾਨ ਕਰਾਇਆ ਤਾਂ ਅੱਜ ਵੀ ਅੰਮ੍ਰਿਤ ਛਕਾਇਆ ਜਾਂਦਾ, ਜਿਨ੍ਹਾਂ ਨੇ ਅੰਮ੍ਰਿਤਪਾਨ ਕੀਤਾ ਉਹਨਾਂ ਨੂੰ ਪਤਾ ਹੋਵੇਗਾ
ਭੈਣ ਕਹਿਣ ਲੱਗੀ ਵੀ ਵੱਖੋ ਵੱਖਰੇ ਪਾਟੇ ਤੇ ਅੰਮ੍ਰਿਤ ਤਿਆਰ ਕਰਕੇ ਛਕਾਇਆ ਜਾਂਦਾ, ਇੱਕੋ ਪਾਟੇ ਤੇ ਸਾਰਿਆਂ ਨੂੰ ਛਕਾਇਆ ਜਾਂਦਾ ਅੰਮ੍ਰਿਤ ਤਿਆਰ ਕਰਕੇ। ਕਹਿਣ ਲੱਗੇ ਭੈਣ ਜੀ ਵੱਖੋ ਵੱਖਰੇ ਬਾਟੇ ਚ ਅੰਮ੍ਰਿਤ ਤਿਆਰ ਨਹੀਂ ਹੁੰਦਾ, ਇੱਕੋ ਬਾਟੇ ਚੋਂ ਅੰਮ੍ਰਿਤ ਤਿਆਰ ਕਰਕੇ ਛਕਾਇਆ ਜਾਂਦਾ, ਉਹ ਚੋਂ ਭੈਣਾਂ ਅੰਮ੍ਰਿਤ ਪਾਨ ਕਰਦੀਆਂ, ਚੋਂ ਵੀਰ ਅੰਮ੍ਰਿਤ ਪਾਨ ਕਰਦੇ ਨੇ। ਭੈਣ ਕਹਿੰਦੀ ਇੱਕ ਗੱਲ ਦਾ ਜਵਾਬ ਹੋਰ ਦੇ ਦਿਓ, ਫੇ ਮਹਾਰਾਜ ਨੇ ਕਿਹਾ ਜਿਹੜਾ ਮੇਰੇ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰੇਗਾ ਉਹ ਕੱਲਾ 1,25,000 ਨਾਲ ਲੜਨ ਦੀ ਸ਼ਕਤੀ ਰੱਖੇਗਾ। ਇਹ ਨਹੀਂ ਮਹਾਰਾਜ ਨੇ ਕਿਹਾ ਵੀ ਇਹ 1,25,000 ਦੀ ਸ਼ਕਤੀ ਵੀਰਾਂ ਨੂੰ ਦਿੱਤੀ ਹੈ ਤੇ ਭੈਣਾਂ ਨੂੰ ਨਹੀਂ ਦਿੱਤੀ। ਪਾਤਸ਼ਾਹ ਨੇ ਕਿਹਾ ਜਿਹੜਾ ਵੀ ਮੇਰੇ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰੇਗਾ ਉਹ 1,25,000 ਨਾਲ ਲੜਨ ਦੀ ਸ਼ਕਤੀ ਰੱਖੇਗਾ। ਕਹਿਣ ਲੱਗੇ ਵੀਰ ਜੀ ਉਹ 1,25,000 ਨਾਲ ਲੜਨ ਦੀ ਸ਼ਕਤੀ ਤੁਹਾਨੂੰ ਮਿਲੀ ਸਾਨੂੰ ਵੀ ਨਹੀਂ ਮਿਲੀ? ਕਹਿੰਦੀ ਉਹ ਪਾਵਰ ਸਾਨੂੰ ਵੀ ਮਿਲੀ ਹੈ। ਕੀ ਕਹਿੰਦੀ ਆ ਭੈਣ? ਉਹ ਕਹਿੰਦੀ ਮੇਰਾ ਕਤਰਾ ਸ਼੍ਰੀ ਸਾਹਿਬ ਚੀਰ ਕੇ ਰੱਖ ਦਿਆਂਗੇ, ਡਕਰੇ ਡਕਰੇ ਕਰ ਦਿਆਂਗੇ, ਚਿੱਠੀ ਤਾਂ ਮੈਂ ਹੀ ਲੈ ਕੇ ਜਾਣਾ, ਸੇਵਾ ਦਾ ਮੌਕਾ ਨਹੀਂ।
ਬੰਦ ਚਾਹੀਦੇ ਨੇ ਰੱਖਣੇ ਕੀ ਕਹਿਰ ਹੋ ਗਿਆ ਵੈਰੀ ਤਾਂ ਨੀ ਕਹਿਣਗੇ ਫੁਰਾਰ ਜੰਗ ਚੋਂ ਜਰਨੈਲ ਹੋ ਗਿਆ ਵੈਰੀ ਤਾਂ ਨੀ ਕਹਿਣਗੇ ਫੁਰਾਰ ਜੰਗ ਚੋਂ ਜਰਨੈਲ ਹੋ ਗਿਆ ਡਟੇ ਰਹੋ ਵੈਰੀਆਂ ਦੀ ਹਿੰਮਤ ਪਵੇ ਨਾ ਡਟੇ ਰਹੋ ਵੈਰੀਆਂ ਦੀ ਹਿੰਮਤ ਪਵੇ ਨਾ ਅੰਦਰ ਆਉਣ ਦੀ ਮੇਰੇ ਜਿਵੇਂ ਇਹ ਸੇਵਾ ਲਾਓ ਖਾਲਸਾ ਖਤ ਨੂੰ ਬਚਾਉਣ ਦੀ ਮੇਰੇ ਜਿਵੇਂ ਇਹ ਸੇਵਾ ਲਾਓ ਖਾਲਸਾ ਖਤ ਨੂੰ ਬਚਾਉਣ ਦੀ ਸੁਖਮਨੀ
ਉਸ ਰੋਸ਼ਨ ਮੁਨਾਰ ਤੇ ਵਾਰ ਹੋਇਆ ਹੋ ਗੁਰੂ ਜੀ ਦੀ ਮੇਰ ਬਖਸ਼ੀ ਹੈ ਸ਼ਕਤੀ ਤੱਜੀਆਂ ਉਡਾਉਣ ਦੀ ਮੇਰੇ ਜੁਮੇ ਸੇਵਾ ਲਾਓ ਖਾਲਸਾ ਖਤ ਨੂੰ ਪਹੁੰਚਾਉਣ ਦੀ ਮੇਰੇ ਜੁਮੇ ਸੇਵਾ ਲਾਓ ਖਾਲਸਾ ਖਤ ਨੂੰ ਪਹੁੰਚਾਉਣ ਦੀ ਮੇਰੇ ਜੁਮੇ ਸੇਵਾ ਲਾਓ ਖਾਲਸਾ ਖਤ ਨੂੰ ਪਹੁੰਚਾਉਣ ਦੀ ਮੈਂ ਧੰਨਵਾਦ ਕਰ ਜਾਵਾਂ ਆਪ ਸੁੱਚੀਆਂ ਸੰਗਤਾਂ ਦਾ ਜਿਨ੍ਹਾਂ ਵੱਲੋਂ ਬੇਅੰਤ ਮਾਣ ਸਤਿਕਾਰ ਮਾਇਆ ਭੇਜੀ ਜਾ ਰਹੀ ਹੈ ਇੱਕ ਢਾਡੀ ਵਾਰ ਅਸੀਂ ਆਪ ਜੀ ਦੇ ਨਾਲ ਸਾਂਝ ਪਾਉਣੀ ਖਿਮਾ ਦੇ ਜਾ ਚੁੱਕੇ ਜਾਣੇ ਅਸੀਂ ਦੇਖ ਰਹੇ ਸੀ ਤੁਸੀਂ ਭੈਣਾਂ ਇੱਥੇ ਬੈਠੀਆਂ ਔਰ ਕੁਝ ਭੈਣਾਂ ਬਰਤਨਾਂ ਦੀ ਸੇਵਾ ਕਰ ਰਹੀਆਂ ਨੇ ਕੁਝ ਪ੍ਰਸ਼ਾਦਿਆਂ ਦੀ ਸੇਵਾ ਕਰ ਰਹੀ ਹੈ ਕਹਿੰਦੇ ਹੱਥ ਕਾਰ ਵੱਲ ਤੇ ਮਨ ਉਸ ਯਾਰ ਵੱਲ ਪਰਮਾਤਮਾ ਵੱਲ ਹੋਣਾ ਚਾਹੀਦਾ ਖੁਸ਼ੀ ਇਸ ਗੱਲ ਦੀ ਹੋਈ ਦੋ ਤਿੰਨ ਵਾਰੀ ਸਾਉਣ ਜਿਹੜਾ ਚੱਲਦਾ ਬੰਦ ਹੋ ਗਿਆ ਤੇ ਮੈਂ ਦੇਖ ਰਹੀ ਸੀ ਵੀ ਜਿਹੜੀਆਂ ਸਾਹਮਣੇ ਭੈਣਾਂ ਬਰਤਨਾਂ ਦੀ ਸੇਵਾ ਕਰਦੀਆਂ ਇੱਕਦਮ ਪਿੱਛੇ ਮੁੜ ਕੇ ਦੇਖਣ ਲੱਗੀਆਂ ਤਾਂ ਮਤਲਬ ਵੀ ਉਹ ਇਤਿਹਾਸ ਸੁਣਦੀਆਂ ਨੇ ਨਾਲੋ ਨਾਲ ਸੇਵਾ ਕਰ ਰਹੀਆਂ ਨੇ ਔਰ ਨਾਲੋ ਨਾਲ ਇਤਿਹਾਸ ਨੂੰ ਸਰਵਣ ਕਰ ਰਹੀਆਂ ਨੇ ਮੈਂ ਧੰਨਵਾਦ ਕਰ ਜਾਵਾਂ ਉੱਥੇ ਵੀਰ ਅੰਮ੍ਰਿਤਪਾਲ ਸਿੰਘ ਜੀ ਜਿਨ੍ਹਾਂ ਵੱਲੋਂ 200 ਦਮੜੇ ਭੈਣ ਕੁਲਵੰਤ ਕੌਰ ਇਹਨਾਂ ਵਾਸਤੇ ਸਪੈਸ਼ਲੀ ਇਨਾਮ ਭੇਜਿਆ ਗਿਆ ਮੈਂ ਵੀਰ ਨੂੰ ਇਹ ਗੱਲ ਦੱਸ ਦੇਵਾਂ ਵੀ ਤੁਸੀਂ ਇੱਕ ਵਾਸਤੇ ਤੇ ਨਾਮ ਭੇਜਤਾ ਤੇ ਦੂਜੀਆਂ ਦੋਨਾਂ ਨੇ ਗੁੱਸੇ ਹੋ ਜਾਣਾ ਇਹ ਨਾ ਕੱਲ੍ਹ ਨੂੰ ਪ੍ਰੋਗਰਾਮ 'ਤੇ ਨਾ ਆਉਣ ਵੀ ਜਿਹਨੂੰ ਸਪੈਸ਼ਲੀ ਇਨਾਮ ਆਉਂਦੇ ਉਹਨੂੰ ਲੈ ਕੇ ਜਾਓ ਅਸੀਂ ਨਹੀਂ ਜਾਣਾ ਮੈਂ ਧੰਨਵਾਦ ਕਰ ਜਾਵਾਂ ਗਿਆਨੀ ਮਿਲਖਾ ਸਿੰਘ ਜੀ ਮੌਜੀ ਸਾਹਿਬ ਉਹਨਾਂ ਦਾ ਸਮੁੱਚਾ ਜਥਾ ਜਿਹੜਾ ਚੜ੍ਹਦੀ ਕਲਾ ਦਾ ਜਥਾ ਹੈ ਵੀਰ ਵੱਲੋਂ ਹੁਕਮ ਹੋਇਆ ਕਿ 100 ਦਮੜੇ ਤੁਸੀਂ ਰੱਖ ਲਿਓ 200 ਇਹਨਾਂ ਨੂੰ ਦੇ ਦਿਓ ਫਿਰ ਵਿਤਕਰਾ ਹੋ ਜਾਣਾ ਜਿਹਨੂੰ ਪਹਿਲਾਂ ਆਇਆ ਮਾਇਆ ਉਹਨੂੰ ਫਿਰ 100 ਰਹਿ ਜਾਣਾ ਮੇਰਾ ਤਾਂ ਚੱਲ ਕੋਈ ਗੱਲ ਨਹੀਂ ਮੈਂ ਆਪਣੇ ਵਾਲਾ ਹੀ ਇਹਨੂੰ ਦੇ ਕੇ 200 ਪੂਰਾ ਕਰ ਦਿੰਦੇ ਕਿਉਂਕਿ ਇਹਨਾਂ ਨੂੰ ਕੋਈ ਪਰਵਾਹ ਨਹੀਂ ਮੈਨੂੰ ਪਰਵਾਹ ਸਵੇਰੇ ਪ੍ਰੋਗਰਾਮ 'ਤੇ ਲੈ ਕੇ ਜਾਣਾ ਨਾ ਇਹਨਾਂ ਨੂੰ ਅਸੀਂ ਧੰਨਵਾਦ ਕਰਦੇ ਹਾਂ ਤੁਹਾਡਾ ਪਿਆਰ ਹੈ ਵੱਡਿਆਂ ਦਾ ਜਥਾ ਪਹੁੰਚ ਗਿਆ ਜੀਆ ਇਹਨੂੰ ਔਰ ਜਥੇ ਨੇ ਤੁਹਾਨੂੰ ਆਪਣੇ ਆਪ ਹੀ ਕੀ ਲੈਣਾ ਹੈ ਜਿਹੜੀ ਵਿਦਵਤਾ ਮਹਾਰਾਜ ਦੀ ਰਹਿਮਤ ਢੱਡ ਸੁਰੰਗੀ ਗਾਇਕੀ ਦਾ ਤਾਲਮੇਲ ਔਰ ਮੈਂ ਗੱਲ ਕੀਤੀ ਬਹੁਤ ਸਾਰਾ ਗਿਆਨ ਸਾਨੂੰ ਕਿਤਾਬਾਂ ਤੋਂ ਮਿਲਦਾ ਪਰ ਹਰ ਇੱਕ ਗੱਲ ਦਾ ਗਿਆਨ ਕਿਤਾਬਾਂ ਤੋਂ ਨਹੀਂ ਮਿਲਦਾ ਇੱਕ ਜਿਹੜਾ ਉਮਰ ਦਾ ਤਜ਼ਰਬਾ ਹੁੰਦਾ ਹੈ ਗਿਆਨੀ ਮਿਲਖਾ ਸਿੰਘ ਜੀ ਮੌਜੀ ਸਾਹਿਬ ਸਾਡੇ ਪਿਤਾ ਜੀ ਦੇ ਸਮਾਨ ਉਹਨਾਂ ਦਾ ਸਾਡੇ ਨੂੰ ਕਿਤੇ ਜ਼ਿਆਦਾ ਤਜ਼ਰਬਾ ਹੈ ਔਰ ਉਹਨਾਂ ਨੇ ਤੁਹਾਨੂੰ ਕਿੰਨਾ ਮੈਂ ਸ਼ੋਰਟ ਅੰਦਰ ਜ਼ਿਕਰ ਕਰ ਜਾਵਾਂ ਗੁਸਤਾਖੀ ਹੋ ਜਾਵੇਗੀ ਜੇ ਜ਼ਿਆਦਾ ਲੰਮਾ ਸਮਾਂ ਵੀਰ ਅੰਮ੍ਰਿਤਪਾਲ ਸਿੰਘ ਜੀ ਕਹਿ ਰਹੇ ਸੀ ਵੀ ਭੈਣ ਜੀ ਛੇਤੀ ਸਮਾਪਤੀ ਕਰਨ ਲੱਗੇ ਮੈਂ ਕਿਹਾ 2 ਘੰਟੇ ਦਾ ਸਮਾਂ ਹੋ ਗਿਆ ਵੱਧ ਚਲੇ ਜਾਈਏ ਤਾਂ ਕੋਈ ਪਤਾ ਨਹੀਂ ਧੰਨਵਾਦ ਆਓ ਜ਼ਿਕਰ ਕਰ ਜਾਈਏ ਭੈਣ ਕਹਿੰਦੀ ਚਿੱਠੀ ਮੈਂ ਲੈ ਕੇ ਜਾਵਾਂਗੀ ਇਹਦਾ ਜਨਮ ਸਿੱਖ ਪਰਿਵਾਰ 'ਚ ਨਹੀਂ ਹੋਇਆ ਨੇ ਅੰਮ੍ਰਿਤ ਛਕਿਆ ਜਨਮ ਹਿੰਦੂ ਪਰਿਵਾਰ 'ਚ ਹੋਇਆ ਸੀ ਤੇ ਜਦੋਂ ਮਾਂ ਬਾਪ ਨੇ ਇਹਦੇ ਲਈ ਵਰ ਘਰ ਲੱਭਿਆ ਜਾਂਜੀ ਡੋਲਾ ਲੈ ਕੇ ਜਾ ਰਹੇ ਸਨ ਤੇ ਕੁਝ ਪਠਾਣਾ ਨੇ ਡੋਲਾ ਖੋਲਿਆ ਭੈਣ ਨੂੰ ਆਪਣੇ ਨਾਲ ਲੈ ਗਿਆ ਹਰੀ ਸਿੰਘ ਨੜੂਏ ਦੇ ਕੋਲ ਜਾਂਜੀ ਰੋਂਦੇ ਕਰ ਲਾਉਂਦੇ ਪਹੁੰਚੇ ਸਰਦਾਰ ਸਾਹਿਬ ਕਹਿਰ ਹੋ ਗਿਆ ਨਰਥ ਹੋ ਗਿਆ ਜਾਂਜੀ ਰੋਣ ਲੱਗੇ ਹਰੀ ਸਿੰਘ ਨੇ ਮਾਰਿਆ ਦਬਕਾ ਕਹਿੰਦਾ ਕਹਿਰ ਕਿਹੜਾ ਹੋਇਆ ਕਹਿੰਦੇ ਸਰਦਾਰ ਸਾਹਿਬ ਅਸੀਂ ਡੋਲਾ ਲੈ ਕੇ ਆ ਰਹੇ ਸੀ
ਤੇ ਹਰੀ ਸਿੰਘ ਕਹਿੰਦਾ ਫੇਰ ਕੀ ਹੋਇਆ? ਕਹਿੰਦੇ ਰਾਸਤੇ ਚ ਕੁਝ ਪਠਾਨ ਡੋਲਾ ਫੂਕ ਕੇ ਲੈ ਗਏ। ਤਦ ਸਰਦਾਰ ਨੇ ਇਹ ਗੱਲ ਸੁਣੀ, ਬੈਠਾ ਇੱਕਦਮ ਉੱਠ ਕੇ ਖੜਾ ਹੋ ਗਿਆ, ਹੱਥ ਗਿਆ ਤਲਵਾਰ ਦੀ ਮੁੱਠ ਤੇ। ਉਹ ਕੌਣ ਕਿਹੜਾ ਕਿੱਥੋਂ ਦਾ ਪਾਪੀ ਕਿਨਾਂ ਦੇ ਸਰਦਾਰ ਦੀ ਤਲਵਾਰ ਨੇ ਡੱਕਰੇ ਡੱਕਰੇ ਕਰਨੇ, ਇੰਨਾ ਗੁੱਸਾ! ਉਹ ਕਿਹੜੇ ਪਾਪੀ ਬੱਚੀ ਨੂੰ ਨਾਲ ਲੈ ਗਿਆ? ਉੱਚੀ ਆਵਾਜ਼ ਚ ਕਹਿੰਦਾ, ਉਹ ਕਹਿੰਦੇ ਕਿੱਥੋਂ ਦੇ ਪਠਾਨ, ਕਿੰਨੇ ਜਣੇ ਸੀ? ਇੱਕ ਬੋਲਿਆ, ਸਰਦਾਰ ਸਾਹਿਬ ਹੌਲੀ ਬੋਲੋ, ਸਾਡਾ ਸਾਹ ਸੁੱਕਦਾ। ਮਾਤਾ ਨੇ ਕਿਰਪਾ ਕੀਤੀ, ਅਸੀਂ ਮਸਾਂ ਆਪਣੀ ਜਾਨ ਬਚਾ ਕੇ ਆ ਗਏ। ਉਹ ਹਰੀ ਸਿੰਘ ਕਹਿੰਦਾ, ਅੱਗੇ ਬਚ ਕੇ ਆ ਗਿਆ, ਤੁਹਾਨੂੰ ਮੈਂ ਮਾਰ ਦੇਣਾ। ਕਿੱਥੋਂ ਦੇ ਪਠਾਨ ਜੀ, ਬਿਜੜੀ ਦੇ ਰਹਿਣ ਵਾਲੇ ਕਿੰਨੇ ਜਣੇ? ਕਹਿੰਦੇ ਚਾਰ ਪੰਜ ਉੱਚੇ ਉੱਚੇ ਲੰਮੇ ਲੰਮੇ ਕੱਦ ਦੇ ਸਰਦਾਰ ਸਾਹਿਬ ਪਠਾਨ। ਹਰੀ ਸਿੰਘ ਕਹਿੰਦਾ, ਤੁਸੀਂ ਜਾਂਦੀ ਕਿੰਨੇ ਜਾਣੇ ਸੀ? ਇੱਕ ਹੌਲੀ ਕਿਤੇ ਨੇ ਬੋਲਿਆ, ਜੀ ਅਸੀਂ ਸੀ 70-80 ਮੂਰਤੀਆਂ। ਹਰੀ ਸਿੰਘ ਕਹਿੰਦਾ, ਬੇੜਾ ਵੀ ਤਾਂ ਹੀ ਗਰਕ ਹੋਇਆ, ਤੁਸੀਂ ਮੂਰਤੀਆਂ ਸੀ, ਮਰਦ ਹੁੰਦੇ ਤੇ 70-80 ਕੋਲੋਂ 4-5 ਪਠਾਣਾਂ ਦਾ ਕੀ ਕੰਮ ਡੋਲਾ ਖੋ ਕੇ ਲੈ ਜਾਂਦੇ? ਮਿਚੜੀ ਦੇ ਪਠਾਣਾਂ ਨੂੰ ਮਾਰ ਕੇ ਬੱਚੀ ਨੂੰ ਛਡਾ ਕੇ ਲਿਆਂਦਾ, ਅੰਮ੍ਰਿਤ ਪਾਨ ਕਰਾਇਆ, ਨਾਮ ਰੱਖਿਆ ਹਰਸ਼ਰਨ ਕੌਰ। ਇਹ ਸਰਦਾਰ ਹਰੀ ਸਿੰਘ ਨਲੂਏ ਦੀ ਧੀ ਧਰਮ ਦੀ ਬਣੀ ਹੈ, ਬੇਟੀ ਬਣੀ ਹੈ, ਜੋ ਉਹ ਹੀ ਚਿੱਠੀ ਲੈ ਕੇ ਪਾਉਂਦੇ। ਹਰੀ ਸਿੰਘ ਤੋਂ ਤੇ ਉੱਠ ਕੇ ਖੜਿਆ ਨਹੀਂ ਸੀ ਜਾਂਦਾ, ਚਿੱਠੀ ਪੜੀ, ਜਵਾਲਾਮੁਖੀ ਫਟਣ ਲੱਗਾ ਹੈ। ਸਿੰਘਾਂ ਦਾ ਹੁਕਮ ਦਿੱਤਾ ਹੈ, ਕਹਿੰਦੇ ਰੱਖ ਰਕਾਬੇ ਪੈਰ ਸੁਰਮਾ ਘੋੜੇ ਤੇ ਚੜਿਆ, ਸਿਰ ਤੋਂ ਲੈ ਕੇ ਪੈਰਾਂ ਤੱਕ ਲੋਕੇ ਨਾ ਮੜਿਆ, ਦੋ ਧਾਰੀ ਫਲਾਦੀ ਖੰਡਾ ਉਹਨੇ ਹੱਥ ਵਿੱਚ ਫੜਿਆ, ਜਿਹਨੂੰ ਪਾਨ ਚੜਾਈ ਯਾਰ ਦੇ ਰੱਤ ਮੰਗੇ ਸੜਿਆ। ਇੱਕ ਨੂੰ ਦੋ ਕਰ ਜਾਂਦਾ ਜਿਹੜਾ ਮੂਰੇ ਉੜਿਆ। ਦੁਸ਼ਮਣ ਕਹਿੰਦਾ ਵੀ ਜਮਰਾਓ ਦੇ ਕਿਲੇ ਨੂੰ ਅਸੀਂ ਘੇਰਾ ਪਾਇਆ, ਇਹਨਾਂ ਨੂੰ ਨਹੀਂ ਪਤਾ ਵੀ ਸਾਨੂੰ ਵੀ ਕੋਈ ਘੇਰਾ ਪਾਉਣ ਵਾਲਾ ਆ ਗਿਆ। ਸੱਚ ਹਰੀ ਸਿੰਘ ਨਲੂਏ ਦੇ ਵਿਉਤਮੰਦੀ ਬਾ ਕਮਾਲ ਸੀ, ਕਦੀ ਸੂਰਮੇ ਦਾ ਵਾਰ ਖਾਲੀ ਨਹੀਂ ਸੀ ਗਿਆ ਕੋਈ। ਆ ਦੁਸ਼ਮਣ ਨੂੰ ਘੇਰਾ ਪਾਇਆ ਤੇ ਭਾਜੜਾ ਪੈ ਗਈਆਂ, ਕਈ ਭੱਜ ਦੌੜੇ, ਸੰਮੀ ਖਿਆ ਆਵਾਜ਼ਾਂ ਮਾਰਦਾ, ਉਹ ਕਿੱਥੇ ਚੱਲੇ ਹੋ? ਕਹਿੰਦੇ ਹਰੀ ਸਿੰਘ ਆ ਗਿਆ, ਉਹਦਾ ਕੋਈ ਵਾਰ ਖਾਲੀ ਨਹੀਂ ਜਾਂਦਾ। ਉਹ ਕਹਿੰਦਾ ਉਹ ਤੇ ਮਰਨ ਵਾਲਾ ਮੰਜੇ ਦੇ ਪਿਆ ਤੇ ਉਹ ਕਿੱਥੋਂ ਆ ਗਿਆ? ਤੇ ਪਾਣੀ ਤੁਸੀਂ ਵੀ ਨਹੀਂ ਮੰਗਣਾ ਜੋ ਪਤਾ ਲੱਗ ਗਿਆ ਵੀ ਹਰੀ ਸਿੰਘ ਆ ਗਿਆ। ਹਰੀ ਸਿੰਘ ਨਲੂਆ ਸੰਮੀ ਖਾਨ ਦੇ ਸਾਹਮਣੇ ਗਿਆ, ਆਵਾਜ਼ ਮਾਰੀ ਹੈ, ਸੰਮੀ ਖਾਨਾ ਕਰ ਸਰਦਾਰ ਨਾਲ ਮੁਕਾਬਲਾ, ਪਤਾ ਲੱਗ ਜੂ ਕਿਹੜਾ ਜਿੱਤਦਾ ਕਿਹੜਾ ਹਾਰਦਾ, ਕੌਣ ਕਿੰਨੇ ਪਾਣੀ ਚ। ਵਾਰ ਮੇਰੇ ਤੇ ਕਰ, ਤਿੰਨ ਵਾਰ ਤੂੰ ਕਰ, ਚੌਥੀ ਵਾਰੀ ਵਾਰੀ ਮੇਰੀ ਹੈ। ਸੰਮੀ ਖਾਨ ਨੂੰ ਮਾਣ ਹੀ ਬੜਾ ਸੀ ਆਪਣੇ ਆਪ ਤੇ, ਫੌਜਾਂ ਤੇ ਬੜਾ ਮਾਣ ਸੀ। ਇਹਨੇ ਸਰਦਾਰ ਤੇ ਪਹਿਲਾ ਵਾਰ ਕੀਤਾ, ਸਰਦਾਰ ਨੇ ਰੋਕ ਲਿਆ। ਇਹਨੇ ਦੂਜਾ ਵਾਰ ਕੀਤਾ, ਸਰਦਾਰ ਨੇ ਉਹ ਵੀ ਰੋਕ ਲਿਆ। ਤੀਜਾ ਵਾਰ ਕਰ ਲੱਗਾ, ਸਰਦਾਰ ਕਹਿੰਦਾ ਧਿਆਨ ਨਾ ਕਰੀ, ਵਾਰੀ ਹੁਣ ਮੇਰੀ ਹੈ ਉਤਾਵਲਾ, ਮੈਂ ਵੀ ਮੜਿਆ। ਇਹਨੇ ਤੀਜਾ ਵਾਰ ਕੀਤਾ, ਸਰਦਾਰ ਨੇ ਉਹ ਵੀ ਰੋਕ ਲਿਆ, ਹੁਣ ਲੱਗਾ ਭੱਜਣ ਤੇ ਹਰੀ ਸਿੰਘ ਭੱਜਣ ਦਿੰਦਾ। ਆਵਾਜ਼ ਮਾਰ ਕੇ ਕਹਿਣ ਲੱਗਾ, ਉਹ ਕਿੱਥੇ ਚੱਲਿਆ ਸੁੱਤਾ ਸ਼ੇਰ ਜਗਾ ਕੇ? ਸੱਚ ਸਿਆਣੇ ਕਹਿੰਦਾ, ਦੁਸ਼ਮਣ ਸ਼ਰੀਕ ਦੇ ਕਰੇ ਭਾਜੀ ਭੇਜੀਏ ਨਾ, ਫਿਰ ਨਿਉਂਦਾ ਵੀ ਉਡੀਕ ਲਈਦਾ ਤੇ ਲੈ, ਨਿਉਂਦਾ ਨਹੀਂ ਲੈ ਕੇ ਜਾਣਾ, ਇੱਕ ਵਾਰ ਮੇਰੇ ਤੋਂ ਵੀ ਲੈਂਦਾ ਜਾ। ਕਹਿੰਦਾ ਦੋਨਾਂ ਧਿਰਾਂ ਦਾ ਮੁਕਾਬਲਾ ਹੁੰਦਾ ਹੈ, ਦੋਵਾਂ ਦੀ ਖੁਸ਼ ਧੀਰਾਂ ਦੀ ਛਾਛਾ ਦੇਖਦਾ ਖੜਕਾ ਹੋਜੀ ਹੋਈ, ਸੂਰਮੇ ਲਾੜੀ ਮੌਂ ਦਾ ਜਾਮ ਪੀਂਦੇ ਨੇ, ਤਕੜ ਤਕੜ ਦੇ ਘੋਲੇ ਭਾਏ ਭੱਜਦੇ ਮਦਾਨ ਵਿੱਚ, ਧੜਕ ਧੜਕ ਧਾੜੇ ਧੜਕੋ ਬਦਲੀਆਂ, ਬੜਕ 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 ਸੂਰਮੇ ਜ਼ਮੀਨ ਉੱਤੇ ਖੜਕ ਖੜਕ ਤੇਜ਼ ਗਾ, ਢਾਲਾਂ ਉੱਤੇ ਢਲੀਆਂ, ਝਟਕ ਝਟਕ ਝਟਕਾ ਏ ਦਲਵੈਰੀ ਵਈ, ਵਾਹ ਅਟਕ ਅਟਕ ਜਾਨਾ ਲਵੋ ਤੇ ਖੜੀਆਂ, ਦਰਦ ਤੋਂ ਮੈਂ ਗੋੜ ਜੀ ਨਹੀਂ ਖੜ ਖੜ ਕਰ ਕੇ ਸੁਰ ਮੈਡੀ ਕਾ ਲੜ ਲੜ ਵੈਰੀ ਵੈਰੀ ਫੜ 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 ਕਰ ਮਾ ਜਾਈ ਓ ਖੜ ਖੜ ਦਰਦ ਨਵਾ ਕੇ ਦਾ ਸਰ ਸਰ ਧੜ ਧੜ ਮਾਰ ਕੇ ਆਵਾਜ਼ ਸਮੇ ਖਾਨੋ। ਇੱਕ ਵਾਰ ਸਰਦਾਰ ਨੇ ਸਮੇ ਖਾ ਦੇਖੇ ਕੀ ਕੀਤਾ ਵੇ, ਹਾਂ
ਕੜੂਏ ਸ਼ੇਰ ਨੇ ਹੋ ਦਾਦੀ ਹੋ ਕੁਝ ਦਿਨ ਖੇਮੇ ਮੋਜਾ ਮਾਣੇ ਤੇ ਬਚ ਜਾਵੜਾ ਹੋ ਕੰਗੜਾ ਕੱਚ ਦਿਓ ਨਿਸ਼ਾਨੇ ਤੋਂ ਉੱਕਦੇ ਨਹੀਂ ਜਦੋਂ ਸਾਹਮਣੇ ਦਿਸੇ ਸ਼ਿਕਾਰ ਫਿਰਦਾ ਸ਼ੇਰ ਘੋਰਨਿਆਂ ਦੇ ਵਿੱਚ ਬੁੱਕਦੇ ਨਹੀਂ ਸੱਚ ਵੇ ਅਣਖੀ ਮਰ ਜਾਂਦੇ ਆਪਣੀ ਅਣਖ ਖਾਤਰ ਕਦੀ ਦੁਸ਼ਮਣਾਂ ਦੇ ਅੱਗੇ ਝੁਕਦੇ ਨਹੀਂ ਕਹਿੰਦੇ ਸੰਮੀ ਖਾਂ ਭੱਜਣ ਲੱਗਾ ਮਾਰੀ ਸਰਦਾਰ ਨੇ ਆਵਾਜ਼ ਇੱਕ ਅੱਖ
ਵਾਰ ਕੀਤਾ ਨਾਲੇ ਸਰੀਰ ਚੀਰ ਕੇ ਰੱਖਦਾ ਸੱਚ ਧੜਮ ਕਰਦਾ ਧਰਤੀ ਤੇ ਡਿੱਗਿਆ ਦੁਸ਼ਮਣ ਦੀ ਫੌਜ ਚੱਕ ਕੇ ਭੱਜ ਦੌੜੀ ਸਿੰਘਾਂ ਦੀ ਰਣ ਤੱਤੇ ਅੰਦਰ ਜਿੱਤ ਹੋਈ ਸਿੰਘਾਂ ਜਿੱਤ ਦੇ ਜਕਾਰੇ ਲਾਏ ਪਰ ਦੋ ਪਠਾਨ ਸੁਰੰਗ ਚ ਲੁਕੇ ਹੋਏ ਸਨ ਉਹਨਾਂ ਧੋਖੇ ਨਾਲ ਦਨਾਲੀ ਚੋਂ ਦੋ ਗੋਲੀਆਂ ਚਲਾਈਆਂ ਜਿਹੜੀਆਂ ਸਰਦਾਰ ਹਰੀ ਸਿੰਘ ਨਲੂਏ ਦੇ ਲੱਗੀਆਂ ਇੱਕ ਛਾਤੀ ਚ ਇੱਕ ਪੇਟ ਚ ਉਹਨਾਂ ਦੋਨਾਂ ਪਠਾਣਾਂ ਦਾ ਭੋਗ ਪਾ ਦਿੱਤਾ ਤੇ ਘੋੜੇ ਨੂੰ ਥਾਪੀ ਦਿੰਦੇ ਨੇ ਕਿਹਾ ਯਾਰਾ ਗੋਲੀਆਂ ਦੇ ਜ਼ਖਮ ਬੜੇ ਡੂੰਘੇ ਹੋਏ ਨੇ ਲੈ ਚੱਲ ਕਿਲੇ 'ਚ ਜਲਦੀ ਕਹਿੰਦੇ ਹਰੀ ਸਿੰਘ ਦੇ ਗੋਲੀਆਂ ਲੱਗੀਆਂ ਤੇ ਘੋੜੇ ਦੀਆਂ ਅੱਖਾਂ 'ਚ ਹੰਝੂ ਆ ਗਏ ਸਕੇ ਭਰਾ ਤੋਂ ਵੱਧ ਕੇ ਸੂਰਮਾ ਆਪਣੇ ਘੋੜੇ ਨੂੰ ਪਿਆਰ ਕਰਦਾ ਹੈ ਛਿਆਂ ਮੈਦਾਨਾਂ ਦੇ ਸੂਰਮੇ ਦਾ ਸਾਥੀ ਹੁੰਦਾ ਘੋੜਾ ਕਹਿੰਦੇ ਨੱਠ ਭੱਜ ਚੱਲ ਘੋੜਿਆ ਕਿਲੇ ਵੱਲ ਨੂੰ ਅਸਾਂ ਪਾਵਣਾ ਨਹੀਂ ਦੂਜੀ ਵਾਰ ਫੇਰਾ ਗੋਲੀ ਲੱਗੀ ਆ ਬੜੀ ਕਹਿਰ ਵਾਲੀ ਘਾਇਲ ਹੋਇਆ ਅੱਜ ਸਵਾਰ ਤੇਰਾ ਮੇਰੇ ਸੋਹਣਿਆ ਸ਼ੈਲ ਛਬੀਲਿਆ ਤੂੰ ਏ ਛਿਆਂ ਮੈਦਾਨਾਂ ਦਾ ਯਾਰ ਮੇਰਾ ਕਾਦਰ ਯਾਰ ਜੇ ਲੈ ਚੱਲੇ ਕਿਲੇ ਵੱਲ ਨੂੰ ਕਦੇ ਭੁਲਸਾ ਨਾ ਉਪਕਾਰ ਤੇਰੇ ਦੋ ਗੋਲੀਆਂ ਦੇ ਜ਼ਖਮ ਐਸੇ ਹੋਏ ਕਦੇ ਨਾ ਪੂਰਾ ਹੋਣ ਵਾਲਾ ਉਸ ਸਮੇਂ ਜਿਹੜਾ ਘਾਟਾ ਪਿਆ ਹਰੀ ਸਿੰਘ ਨਲੂਏ ਦੀ ਸ਼ਾਨ ਦੁਨੀਆ ਦੇ ਵਿੱਚ ਰੱਖ ਫੁਰਦਾ ਐਸਾ ਬਹਿਣ ਖਲੋਣ ਜੀ ਉਹ ਦੁਨੀਆ ਦੇ ਵਿੱਚ ਰੱਖ ਫੁਰਦਾ ਐਸਾ ਬਹਿਣ ਖਲੋਣ ਹੱਸਣੇ ਲੋਕੀ ਹੋ ਮਿਲ ਜਾਈਏ ਤਾਂ ਹੱਸਣੇ ਲੋਕੀ ਹੋ ਤੁਰ ਜਾਈਏ ਤਾਂ ਰੋਣੀ ਹੋ ਤੁਰ ਜਾਈਏ ਤਾਂ ਰੋਣ ਹਰੀ ਸਿੰਘ ਨਲੂਏ ਦੀ ਸ਼ਹਾਦਤ ਨੂੰ ਪ੍ਰਣਾਮ ਔਰ ਜਿਹੜਾ ਅੱਜ ਦਾ ਸਮਾਗਮ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਜਿਨ੍ਹਾਂ ਦੀ ਯਾਦ ਨੂੰ ਸਮਰਪਿਤ ਅਸੀਂ ਸ਼ੁਰੂਆਤ ਅੰਦਰ ਇੱਕ ਕਵਿਤਾ ਦੀ ਸਾਂਝ ਪਾਈ ਔਰ ਸਾਨੂੰ ਪ੍ਰਬੰਧਕ ਵੀਰਾਂ ਨੇ ਇਸ ਪ੍ਰਸੰਗ ਲਈ ਹੁਕਮ ਲਾਇਆ ਸੀ ਔਰ ਉਹਨਾਂ ਨੇ ਕਿਹਾ ਵੀ ਜਿਹੜਾ ਬਾਬਾ ਜੀ ਦਾ ਇਤਿਹਾਸ ਆਉਣ ਵਾਲੇ ਜਥੇ ਨੇ ਸਾਡੇ ਨਾਲ ਸਾਂਝ ਪਾਉਣੀ ਹੈ ਅਸੀਂ ਉਹਨਾਂ ਤੋਂ ਸਰਵਣ ਕਰਨਾ ਬੇਅੰਤ ਮਾਣ ਦੇ ਕੇ ਤੁਸੀਂ ਨਵਾਜਿਆ ਬੇਅੰਤ ਸਤਿਕਾਰ ਦੇ ਕੇ ਨਵਾਜਿਆ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਡਾ ਪਿਆਰ ਅਸੀਂ ਆਪਣੀ ਝੋਲੀ 'ਚ ਪਵਾ ਕੇ ਲੈ ਕੇ ਚੱਲੇ ਹਾਂ ਭਾਵਾਂ ਬਹੁਤ ਸਾਰੀਆਂ ਗਲਤੀਆਂ ਬੜੇ ਔਗਣ ਸਾਡੇ 'ਚ ਨੇ ਅਸੀਂ ਤੁਹਾਡੇ ਲਈ ਅਰਦਾਸ ਕਰਨੀ ਹੈ ਤੁਸੀਂ ਸਾਡੇ ਲਈ ਅਰਦਾਸ ਕਰਿਓ ਆਪ ਜੀ ਦਾ ਧੰਨਵਾਦ ਪ੍ਰਬੰਧਕ ਵੀਰਾਂ ਦਾ ਧੰਨਵਾਦ ਵੀਰ ਅੰਮ੍ਰਿਤਪਾਲ ਸਿੰਘ ਦੀ ਮੈਂ ਫਿਰ ਇਹਨਾਂ ਦਾ ਜ਼ਿਕਰ ਕਰ ਜਾਵਾਂ ਜਥੇ ਦੀ ਭੇਟਾ ਦੀ ਸੇਵਾ ਜਿਹੜੀ ਇਹਨਾਂ ਵੱਲੋਂ ਦਿੱਤੀ ਜਾ ਰਹੀ ਹੋਰ ਵੀ ਤੁਸੀਂ ਪਿਆਰੇ ਸੇਵਾ ਕਰਦੇ ਹੋ ਮਾਫੀ ਚੁੰਮਦੇ ਹਾਂ ਸਾਰਿਆਂ ਦੇ ਨਾਮ ਦਾ ਅਸੀਂ ਜ਼ਿਕਰ ਨਹੀਂ ਕੀਤਾ ਬਾਬਾ ਚਤਰ ਸਿੰਘ ਜੀ ਮਹਿੰਗਾ ਸਿੰਘ ਜੀ ਉਹਨਾਂ ਦੇ ਨਾਂ 'ਤੇ ਜਿਹੜੀਆਂ ਬੇਅੰਤ ਅਰਦਾਸਾਂ ਬੇਅੰਤ ਮਾਇਆ ਆਈ ਅਸੀਂ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਸਾਰੇ ਸਤਿਕਾਰਯੋਗ ਨੇ ਸਭ ਦਾ ਧੰਨਵਾਦ ਸਾਉਣ ਵਾਲੇ ਵੀਰ ਦਾ ਧੰਨਵਾਦ ਦਸ਼ਮੇਸ਼ ਟੀਵੀ ਚੈਨਲ ਜਿਨ੍ਹਾਂ ਵੱਲੋਂ ਪ੍ਰੋਗਰਾਮ ਦੀ ਕਵਰੇਜ ਕੀਤੀ ਜਾ ਰਹੀ ਔਰ ਲਾਈਵ ਚੱਲ ਰਿਹਾ ਹੈ ਵੀਰਾਂ ਵੱਲੋਂ ਵੀ ਬੇਅੰਤ ਮਾਣ ਬੇਅੰਤ ਮਾਇਆ ਭੇਜੀ ਗਏ ਧੰਨਵਾਦ ਜਥਾ ਤੁਹਾਡਾ ਆਪਣਾ ਜਥਾ ਦਾਸ ਬੀਬੀ ਜਸਵੀਰ ਕੌਰ ਦਾਸ ਪਿੰਡ ਹੈਦਰਾਬਾਦ ਬੇਟ ਨਜ਼ਦੀਕ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਟੜਦੇ ਸਾਦਰੇ ਸਨ ਭੈਣ ਜੀ ਕੁਲਵੰਤ ਕੌਰ ਭੈਣ ਜੀ ਰੁਪਿੰਦਰ ਕੌਰ ਸੁਰੰਗੀ ਅਤੇ ਸਾਦਰੀ ਸੀ ਦਾਸ ਦੀ ਛੋਟੀ ਭੈਣ ਇਹਨਾਂ ਦਾ ਨਾਮ ਵੀ ਕੁਲਵੰਤ ਕੌਰ ਜਦੋਂ ਵੀ ਤੁਸੀਂ ਹੁਕਮ ਲਾਓਗੇ ਅਸੀਂ ਆਪ ਜੀ ਦੇ ਸਨਮੁਖ ਜੋੜੇ ਚੜ੍ਹਨ ਦੀ ਸੇਵਾ ਕਰਨ ਵਾਸਤੇ ਪਹੁੰਚਾਂਗੇ ਗੁਰੂ ਸਾਹਿਬਾਨਾਂ ਦਾ ਧੰਨਵਾਦ ਆਉਣ ਵਾਲਾ ਜਥਾ ਜੀ ਆਇਆਂ ਨੂੰ ਆ ਚੜ੍ਹਦੀ ਕਲਾ ਵਾਲਾ ਜਥਾ ਫਿਰ ਤੋਂ ਆਪ ਜੀ ਦਾ ਧੰਨਵਾਦ ਮਾਨਾ ਕਿ ਤੇਰੀ ਦੀਦ ਕੇ ਕਾਬਲ ਨਹੀਂ ਹੋ ਮੈਂ ਮਾਨਾ
ਕਿ ਤੇਰੀ ਦੀਦ ਕੇ ਕਾਬਲ ਨਹੀਂ ਹੂੰ ਮੈਂ, ਪਰ ਮੇਰਾ ਸ਼ੌਕ ਵੇਖ, ਇੰਤਜ਼ਾਰ ਦੇਖ। ਫਤਿਹ ਦੇ ਨਾਲ ਸ਼ਾਨ ਪਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।